ਫਤਿਹ ਚੈਨਲ ਆਜ਼ਾਦ ਦੇਖ ਰਹੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਤੇ ਮੈਂ ਗੁਰਸੇਵਕ ਸਿੰਘ ਅੱਜ ਦੀ ਲਾਈਵ ਵੀਡੀਓ ਅਪਡੇਟ ਲੈ ਕੇ ਹਾਜ਼ਰ ਹਾਂ ਔਰ ਅੱਜ ਦਾ ਸਾਡਾ ਵਿਸ਼ਾ ਹੈ ਜੀ ਕਲਗੀਧਰ ਟਰੱਸਟ ਬੜੂ ਸਾਹਿਬ ਜਿਹੜਾ ਕਿ ਸਿੱਖ ਸਮਾਜ ਦੇ ਵਿੱਚ ਇੱਕ ਐਸੀ ਸੰਸਥਾ ਦੇ ਵਜੋਂ ਕੰਮ ਕਰ ਰਿਹਾ ਹੈ ਜਿਹੜੀ ਵਿੱਦਿਆ ਲੋਕਾਂ ਤੱਕ ਪਹੁੰਚਾ ਰਹੀ ਹੈ। ਬੜੂ ਸਾਹਿਬ ਤੋਂ ਸਟਾਰਟ ਹੋ ਕੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਸਕੂਲ ਔਰ ਕਾਲਜਿਸ ਖੋਲ੍ਹੇ ਜਾ ਚੁੱਕੇ ਨੇ। ਅੱਜ ਮੇਰੇ ਨਾਲ ਉਹਨਾਂ ਉਸ ਸੰਸਥਾ ਦੇ ਪ੍ਰਬੰਧਕ ਔਰ ਉਸ ਸੰਸਥਾ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਜੀ ਜਿਹਨਾਂ ਨੂੰ ਅਸੀਂ ਆਮ ਟੀਵੀ ਰੇਡੀਓ ਔਰ ਮੀਡੀਆ ਦੇ ਵਿੱਚ ਦੇਖਦੇ ਹਾਂ ਉਹਨਾਂ ਦੀ ਕਥਾ ਨੂੰ ਸੁਣਦੇ ਹਾਂ ਔਰ ਉਹਨਾਂ ਦੇ ਨਾਲ ਨੇ ਭਾਈ ਰਵਿੰਦਰਪਾਲ ਸਿੰਘ ਕੋਹਲੀ ਜਿਹੜੇ ਕਿ ਚੀਫ ਐਡਮਿਨਿਸਟ੍ਰੇਟਰ ਨੇ ਔਰ ਭਾਈ ਹਰਮੀਤ ਸਿੰਘ ਜਿਹੜੇ ਕਿ ਸੇਵਾਦਾਰ ਦੇ ਤੌਰ 'ਤੇ ਵਲੰਟੀਅਰ ਦੇ ਤੌਰ ਦੇ ਉੱਪਰ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਵਿੱਚ ਕਾਰਜ ਕਰਦੇ ਨੇ ਕੰਮ ਕਰਦੇ ਨੇ। ਫਤਿਹ ਚੈਨਲ ਆਜ਼ਾਦ ਦੀ ਇਹ ਵੀਡੀਓ ਅਸੀਂ ਨਰੋਲ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਤੋਂ ਲੈ ਕੇ ਆ ਰਹੇ ਹਾਂ ਔਰ ਇਹਦੇ ਵਿੱਚ ਬੜੂ ਸਾਹਿਬ ਕਲਗੀਧਰ ਟਰੱਸਟ ਜਿਹੜਾ ਉਹਨਾਂ ਦਾ ਕੀ ਨਿਸ਼ਾਨਾ ਹੈ, ਕੀ ਮਿਸ਼ਨ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਕੁਝ ਕੁ ਸਵਾਲ ਜਿਹੜੇ ਨੇ ਜਿਹੜੇ ਸੰਗਤਾਂ ਦੇ ਨੇ ਉਹ ਵੀ ਉਹਨਾਂ ਦੇ ਨਾਲ ਸਾਂਝੇ ਕਰਾਂਗੇ ਔਰ ਉਹਨਾਂ ਤੋਂ ਲਵਾਂਗੇ ਉਹਨਾਂ ਦੇ ਜਵਾਬ ਔਰ ਦੇਖਦੇ ਹਾਂ ਅੱਜ ਦੀ ਗੱਲਬਾਤ ਜਿਹੜੀ ਹੈ ਸਾਨੂੰ ਕਿੰਨੀ ਕਲੈਰਿਟੀ ਦੇ ਪਾਉਂਦੀ ਹੈ ਕਿਉਂਕਿ ਬਹੁਤ ਵਾਰੀ ਅਸੀਂ ਜਾਣਕਾਰੀ ਨਾ ਹੋਣ ਦੇ ਕਰਕੇ ਬਹੁਤ ਕੁਝ ਆਪਣੇ ਮਨ ਤੋਂ ਬਣਾ ਲੈਂਦੇ ਹਾਂ ਔਰ ਬਹੁਤ ਕੁਝ ਸਾਡੇ ਕੋਲ ਐਸਾ ਆ ਜਾਂਦਾ ਜਿਹਦਾ ਸਾਡੇ ਕੋਲ ਜਵਾਬ ਨਹੀਂ ਹੁੰਦਾ ਔਰ ਮੈਨੂੰ ਬਹੁਤ ਦਿਨਾਂ ਤੋਂ ਤੁਹਾਡਾ ਸਾਰਿਆਂ ਦਾ ਇਹ ਸੁਨੇਹ ਮਿਲ ਰਹੇ ਸੀ ਕਿ ਮੈਂ ਬੜੂ ਸਾਹਿਬ ਟਰੱਸਟ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂ ਔਰ ਤੁਹਾਡੇ ਤੱਕ ਉਹ ਗੱਲਬਾਤ ਲੈ ਕੇ ਆਵਾਂ ਔਰ ਮੇਰੇ ਨਾਲ ਨੇ ਭਾਈ ਜਸਬੀਰ ਸਿੰਘ ਜੀ ਔਰ ਸਭ ਤੋਂ ਪਹਿਲਾਂ ਆਪਾਂ ਭਾਈ ਜਸਬੀਰ ਸਿੰਘ ਜੀ ਨੂੰ ਫਤਿਹ ਬੁਲਾਉਂਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਤੁਹਾਡਾ ਫਤਿਹ ਚੈਨਲ ਆਜ਼ਾਦ ਦੇ ਉੱਪਰ ਸਵਾਗਤ ਹੈ ਜੀ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤੇ ਅਸੀਂ ਕਿਉਂਕਿ ਸਿੱਖ ਸੰਗਤਾਂ ਤੱਕ ਸਾਡਾ ਚੈਨਲ ਜਿਹੜਾ ਆ ਉਹ ਜਾ ਰਿਹਾ ਔਰ ਮੇਰਾ ਪਹਿਲਾ ਤੁਹਾਨੂੰ ਇੱਕ ਬੇਨਤੀ ਹੈ, ਬੇਨਤੀ ਦੇ ਰੂਪ ਚ ਹੈ ਕਿ ਜੀ ਜਿਹੜਾ ਬੜੂ ਸਾਹਿਬ ਸ੍ਰੀ ਕਲਗੀਧਰ ਟਰੱਸਟ ਹੈ ਇਹਦਾ ਮਿਸ਼ਨ ਤੇ ਇਹਦਾ ਨਿਸ਼ਾਨਾ ਕੀ ਆ, ਪਲੀਜ਼ ਜੇ ਸੰਖੇਪ ਵਿੱਚ ਦੱਸ ਦਿਓ ਤੇ ਸੰਗਤਾਂ ਤੱਕ ਬੜੇ ਵਧੀਆ ਤਰੀਕੇ ਨਾਲ ਪਹੁੰਚ ਜਾਏਗਾ ਜੀ। ਕਲਗੀਧਰ ਟਰੱਸਟ ਦੀ ਬੁਨਿਆਦ ਜਿਹੜੀ ਹੈ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੇ ਆਸੇ ਤੇ ਰੱਖੀ ਗਈ ਸੀ ਜੀ। ਉਹ ਮਹਾਂਪੁਰਸ਼ ਸਨ ਸਿੱਖ ਪੰਥ ਦੇ ਜਿਹਨਾਂ ਨੇ ਮਹਾਰਾਜ ਜੀ ਸਿੰਘ ਦੇ ਰਾਜ ਤੋਂ ਬਾਅਦ ਭਖਦੀ ਹੋਈ ਅੱਗ ਜਿਸਨੇ ਸਿੱਖੀ ਢਹਿੰਦੀ ਕਲਾ ਚਲੀ ਗਈ ਸੀ ਉਹ ਖਾਲੀ 4 ਲੱਖ ਸਿੱਖ ਰਹਿ ਗਿਆ ਸੀ ਤੇ ਅੰਗਰੇਜ਼ਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਸਿੱਖਾਂ ਦੇ ਕਤਾਰ ਸੰਭਾਲ ਲਓ ਸਾਨੂੰ ਮਿਊਜ਼ੀਅਮ ਚਲਾਣੇ ਪੈਣ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸੂਰੇ ਨੂੰ ਭੇਜਿਆ ਤੇ ਕਲਗੀਧਰ ਪਾਤਸ਼ਾਹ ਦੀ ਐਸੀ ਬਖਸ਼ਿਸ਼ਾਂ ਹੋਈਆਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਤੇ ਜਿਹਨਾਂ ਨੇ ਗੁਰਮੁਖੋ ਐਸੇ ਸਿੱਖੇ ਕਿ ਮੈਂ ਸੰਤ ਲਫ਼ਜ਼ ਨਹੀਂ ਵਰਤਣਾ ਚਾਹੀਦਾ ਤੇ ਸੰਤ ਤੋਂ ਪਹਿਲੇ ਮਹਾਂਪੁਰਸ਼ ਹਨ ਜਿਹਨੂੰ ਸਿੱਖ ਪੰਥ ਨੇ ਸੰਤ ਲਫ਼ਜ਼ ਤੋਂ ਵਿਵਾਜਿਆ ਸੀ ਜੀ। 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦੀ ਦਾਤ ਬਖਸ਼ੀ ਤੇ ਜਾਂ ਸੰਸਾਰ ਤੋਂ ਗਏ 40 ਲੱਖ ਜੀ। ਭਾਈ ਸਾਹਿਬ ਹੈਲੋ, ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਹੈਲੋ ਹੈਲੋ, ਵਾਹਿਗੁਰੂ ਜੀ ਮੈਂ ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ। ਹੈਲੋ ਹਾਂਜੀ, ਆਵਾਜ਼ ਥੋੜੀ ਜਿਹੀ ਕੱਟ ਰਹੀ ਸੀ, ਮੈਂ ਮਾਫੀ ਚਾਹਨਾ ਜੀ। ਜੀ ਮੈਂ ਕੋਸ਼ਿਸ਼ ਕਰ ਰਿਹਾ ਸੀ, ਮੈਂ ਸਪੀਕਰ ਨਾਲ ਲਾ ਦਵਾਂ ਤੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਜੀ ਤੁਸੀਂ ਉਹ ਉਸ ਤਰ੍ਹਾਂ ਹੀ ਗੱਲ ਕਰ ਸਕਦੇ ਹੋ ਪਲੀਜ਼ ਜੀ। ਹਾਂਜੀ ਜੀ ਜੀ ਕੈਰੀ ਔਨ ਜੀ, ਤੁਸੀਂ ਦੱਸ ਰਹੇ ਸੀ ਕਿ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਜਦੋਂ ਕਿ ਸਿੱਖੀ ਤੁਹਾਡੀ ਥੋੜੀ ਜਿਹੀ ਆਵਾਜ਼ ਕੱਟ ਰਹੀ ਹੈ, ਥੋੜੀ ਜਿਹੀ ਨਜ਼ਦੀਕ ਆ ਜਾਓ ਤੇ ਬੜੀ ਮਿਹਰਬਾਨੀ ਹੋਏਗੀ ਤੁਹਾਡੀ ਜੀ। ਭਾਈ ਸਾਹਿਬ ਮੈਂ ਬਿਲਕੁਲ ਨਜ਼ਦੀਕ ਹੈ ਫੋਨ ਦੇ ਜੀ ਇਸ ਵੇਲੇ, ਮੈਂ ਬੇਨਤੀ ਕਰ ਰਿਹਾ ਜੀ। ਤੁਹਾਡੀ ਆਵਾਜ਼ ਕਲੀਅਰ ਹੈ ਹੁਣ ਤੁਹਾਡੀ ਆਵਾਜ਼ ਜੀ? ਭਾਈ ਸਾਹਿਬ ਤੁਸੀਂ ਬੇਨਤੀ ਕਰ ਰਹੇ ਸੀ ਕਿ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦੇ ਝਾੜ ਤੇ ਚਾੜਿਆ ਤੇ ਜਿਸੇ ਸੰਸਾਰ ਤੋਂ ਗਏ ਤੇ 44 ਲੱਖ ਗੁਰੂ ਘਰ ਸਿੱਖ ਤਿਆਰ ਹੋ ਚੁੱਕਾ ਸੀ ਜੀ। ਹੈਲੋ ਜੀ ਭਾਈ ਸਾਹਿਬ, ਤੁਹਾਡੀ ਆਵਾਜ਼ ਬਾਰ ਬਾਰ ਡਿਸਕਨੈਕਟ ਹੋ ਰਹੀ ਹੈ ਜੀ। ਹਾਂਜੀ ਹੁਣ 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 ਆ ਰਹੀ ਹੈ ਜੀ ਆਵਾਜ਼? ਬਿਲਕੁਲ ਹੁਣ ਆ ਰਹੀ ਹੈ ਜੀ। ਜੀ ਹਾਂਜੀ, ਤੇ ਮਹਾਰਾਜ ਜੀ ਇਹ ਸੀ ਸੰਤਾਂ ਦਾ ਆਸ਼ਾ ਸੀ ਕਿ ਜੇ ਸਿੱਖ ਜਗਤ ਨੂੰ ਸੰਸਾਰ ਦੇ ਵਿੱਚ ਇੱਕ ਵੱਡੇ ਤੌਰ ਤੇ ਪ੍ਰਚਾਰ ਕਰਨਾ ਹੈ ਸਿੱਖੀ ਦਾ ਤੇ ਸੰਸਾਰ ਤ੍ਰਿਵੀ ਸ਼ਾਂਤੀ ਦਾ ਮੈਸੇਜ ਦੇਣਾ ਹੈ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੱਸ ਗਏ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ ਕੋ ਮੰਦੇ ਜੀ। ਗੁਰਮੁਖੋ ਇਹ ਮੈਸੇਜ ਦੇਣ ਲਈ ਸੰਤਾਂ ਨੇ ਇੱਕੋ ਹੀ ਰਸਤਾ ਦੱਸਿਆ,
ਸਿੱਖੀ ਨੂੰ ਚੜ੍ਹਦੀ ਕਲਾ ਜਾਣ ਲਈ ਸੰਤਾਂ ਨੇ ਇੱਕੋ ਰਸਤਾ ਦੱਸਿਆ, ਜੇ ਬੱਚਿਆਂ ਨੂੰ ਸਾਇੰਟਿਫਿਕ ਐਜੂਕੇਸ਼ਨ ਨਾਲ ਅਸੀਂ ਸਪਿਰਚੁਅਲ ਐਜੂਕੇਸ਼ਨ ਦੇ ਦਿੱਤੀ ਤੇ ਸਾਡੀ ਪਨੀਰੀ ਬਚ ਜਾਏਗੀ, ਸਾਡੀ ਸਿੱਖੀ ਬਚ ਅੱਗੇ ਚੜ੍ਹਦੀ ਕਲਾ ਚਲੀ ਜਾਏਗੀ, ਤਰੱਕੀਆਂ ਹੋ ਜਾਣਗੀਆਂ ਜੀ। ਤੇ ਉਸ ਹਾਸੇ ਤੇ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਜਿਹੜੇ MLB ਹਾਵਰਡ ਸਨ ਜੀ, ਉਹਨਾਂ ਨੇ ਬੜੂ ਸਾਹਿਬ 1956 ਦੇ ਵਿੱਚ ਪ੍ਰਗਟ ਕੀਤਾ, ਗੁਰਮੁਖ ਪ੍ਰਗਟ ਕੀਤਾ ਲਫ਼ਜ਼ ਜਿਸ ਵੇਲੇ ਅਸੀਂ ਵਰਤਦੇ ਹਾਂ ਤੇ ਇਨਵੈਂਟ ਕਹਿ ਲਓ ਇਨਵੈਂਟ ਕਰ ਲਿਆ, ਲਫ਼ਜ਼ਾਂ ਦਾ ਤੋੜ ਬੋੜ ਕਈ ਵਾਰੀ ਲੋਕੀ ਲੈ ਜਾਂਦੇ ਨੇ ਕਿ ਕੋਈ ਧਾਰਮਿਕ ਕੋਈ ਇਤਿਹਾਸਿਕ ਸਥਾਨ ਸੀ ਪ੍ਰਗਟ ਹੋਇਆ, ਕਈ ਵਾਰੀ ਲੋਕ ਕੰਟਰੋਵਰਸੀ ਜਾਣਦੇ ਜੀ ਬੜੂ ਨੂੰ ਬੜੂ ਸਾਹਿਬ ਕਿਉਂ ਕਹਿਤਾ, ਤੇ ਗੁਰਮੁਖ ਹੁੰਦਾ ਕੀ ਹੈ ਕਿ ਅਸੀਂ ਬੰਦਿਆਂ ਨੂੰ ਤੇ ਸਾਫ਼ ਕਹਿ ਦਿੰਦੇ ਹਾਂ, ਗਿੱਲ ਸਾਹਿਬ, ਦੁੱਗਾ ਸਾਹਿਬ, ਤੀਜੇ ਸਾਹਿਬ, ਚੌਥੇ ਸਾਹਿਬ ਕਹਿ ਦਿੰਦੇ ਹਾਂ, ਪਰ ਜਿਸ ਧਰਤੀ ਦੇ ਉੱਤੇ 5000 ਬੱਚਾ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਹੈ ਉਸ ਧਰਤੀ ਤੇ ਸਾਹਿਬ ਲਾਉਣ ਲਈ ਅਸੀਂ ਝਿਜ ਜਾਂਦੇ ਹਾਂ ਜੀ। ਤੇ ਗੁਰਮੁਖ ਮਹਾਰਾਜ ਕਹਿੰਦੇ ਸੇ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਤੇ ਜੰਤ ਪਏ ਹਰਿਆਵਲੇ, ਜਿਹਨੇ ਮੇਰੇ ਸਤਿਗੁਰ ਦੇਖਿਆ ਜਾਏ ਸੀ ਗੁਰਮੁਖ, ਉਹ ਸਾਰੀਆਂ ਧਰਤੀਆਂ ਵਾਹ ਵਾਹ ਬਲਿਹਾਰ ਜਾਣਾ, ਉਹ ਪਰਿਵਾਰ ਬਲਿਹਾਰ ਹੋ ਜਾਂਦੇ ਜਿੱਥੇ ਗੁਰਮੁਖ ਪਿਆਰਿਆਂ ਦਾ ਜਨਮ ਹੋ ਜਾਂਦਾ, ਉਹ ਸਿੱਖੀ ਪੈਦਾ ਹੋ ਕੇ ਸੰਸਾਰ ਨੂੰ ਝਲਕ ਦਿੰਦੀ ਹੈ, ਸੱਚ ਦਾ ਸਦੀਵੀ ਸ਼ਾਂਤੀ ਦਾ ਪ੍ਰਚਾਰ ਦਿੰਦੀ ਹੈ। ਉਸ ਮਿਸ਼ਨ ਨੂੰ ਲੈ ਕੇ 1986 ਦੇ ਵਿੱਚ ਸੰਤ ਬਾਬਾ ਇਕਬਾਲ ਸਿੰਘ ਜੀ, ਕਿਉਂਕਿ ਸਾਨੂੰ ਸੰਤ ਲਫ਼ਜ਼ ਵਰਤਣ ਤੋਂ ਬਾਬਾ ਜੀ ਬੜੀ ਸਖਤਾਈ ਨਾਲ ਮਨਾ ਕਰਦੇ ਨੇ, ਪਰ ਕਿਉਂਕਿ ਅਸੀਂ ਬੜੀ ਨਜ਼ਦੀਕੀ ਤੋਂ ਉਹਨਾਂ ਮਹਾਂਪੁਰਸ਼ਾਂ ਨੂੰ ਦੇਖਿਆ ਜਿਹਨਾਂ ਨੇ ਆਪਣਾ ਜੀਵਨ ਹੀ ਕੁਰਬਾਨ ਕਰਤਾ ਜੀ। ਗੁਰਮੁਖੋ ਮੈਂ ਇੱਕ ਛੋਟੀ ਜਿਹੀ ਇਗਜ਼ਾਮਪਲ ਪੂਰੇ ਸਿੱਖ ਜਗਤ ਨੂੰ ਦੇਣਾ ਚਾਹੁੰਦਾ ਜੀ, ਅਸੀਂ ਕਿਉਂ ਨਾ ਸਮਝੀ ਕਰਦੇ ਹਾਂ, ਜੇ ਇੱਕ ਬਾਇਓਲੋਜੀ ਦਾ ਸਬਜੈਕਟ ਪੜ੍ਹਨਾ ਹੈ, ਇੱਕ ਫਿਜ਼ਿਕਸ ਦਾ ਸਬਜੈਕਟ ਪੜ੍ਹਨਾ ਹੈ, ਇੱਕ 12ਵੀਂ ਕਲਾਸ ਤੱਕ ਪੜ੍ਹਨਾ ਹੈ, ਕਾਲਜ ਜਾਣਾ ਹੈ, ਤੇ ਹਰ ਸਕੂਲ ਦੇ ਵਿੱਚ ਟੀਚਰ ਰੱਖਿਆ ਹੁੰਦਾ, ਕਿਤਾਬਾਂ ਦੁਕਾਨਾਂ ਤੋਂ ਮਿਲਦੀਆਂ, ਤੇ ਕਿਉਂ ਨੀ ਅਸੀਂ ਕਿਤਾਬਾਂ ਲੈ ਕੇ ਪੜ੍ਹ ਲੈਂਦੇ ਜੀ। ਗੁਰਮੁਖੋ ਐਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਖੰਡਾ ਬ੍ਰਹਮੰਡਾਂ ਦੀ ਐਜੂਕੇਸ਼ਨ ਹੈਗੀ, ਖੰਡਾ ਬ੍ਰਹਮੰਡਾਂ ਦੀ ਬ੍ਰਹਮ ਗਿਆਨ ਦਾ ਸਾਗਰ ਹੈ, ਉਹਦਾ ਗਿਆਨ ਲੈਣ ਲਈ ਸਾਨੂੰ ਉਸ ਮਹਾਂਪੁਰਸ਼ ਉਸ ਗੁਰਮੁਖ ਦੀ ਸੰਗਤ ਕਰਨੀ ਪੈਂਦੀ ਹੈ ਜਿਸ ਨੇ ਆਪਣਾ ਜੀਵਨ ਬਾਣੀ ਤੇ ਕਮਾ ਕੇ ਢਾਲ ਲਿਆ ਹੋਇਆ, ਤੇ ਉਹ ਵਚਨ ਕੀ ਹੈ, ਕੀ ਢਾਲਣਾ ਹੈ ਗੁਰਮੁਖ, ਸਿੱਖੀ ਦਾ ਢਲਣਾ ਕੀ ਹੈ, ਸ਼ੁਰੂ ਹੁੰਦਾ ਘਾਲ ਖਾਏ ਕਿ ਸੱਥੋਂ ਦੇ ਨਾਨਕ ਰਾਹ ਪਛਾਣੇ ਤੇ, ਤੇ ਖਤਮ ਕਿੱਥੇ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। 1986 ਚ ਗੁਰਮੁਖੋ ਵਚਨ ਕਮਾ ਕੇ ਉਹਨਾਂ ਮਹਾਂਪੁਰਸ਼ਾਂ ਨੇ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਦਾ 5 ਬੱਚਿਆਂ ਸਕੂਲ ਖੋਲਿਆ, ਤੇ ਦਿੱਲੀ ਦੇ ਕਈ ਨੁਮਾਇੰਦੇ ਗਏ ਕਹਿੰਦੇ ਬਾਬਾ ਜੀ ਤੁਹਾਡਾ ਸਕੂਲ ਨੀਚੇ ਚੱਲਣਾ, ਧਿਆਨ ਨਾਲ ਸੁਣਨਾ ਗੁਰਮੁਖੋ ਜੀ, ਤੁਹਾਡਾ ਸਕੂਲ ਨੀਚੇ ਚੱਲਣਾ, ਤੁਹਾਡੇ ਸਕੂਲ ਚ 3 ਬਹੁਤ ਵੱਡੀਆਂ ਖਾਮੀਆਂ ਨੇ। ਪਹਿਲੀ ਖਾਮੀ, ਤੁਸੀਂ ਬੱਚਿਆਂ ਨੂੰ ਨਾਨ ਵੈਜ ਨੀ ਖਵਾਉਂਦੇ। ਦੂਜੀ ਖਾਮੀ, ਤੁਸੀਂ ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾ ਕੇ ਠੰਡੇ ਪਾਣੀ ਨਾਲ ਇਸ਼ਨਾਨ ਕਰਾਉਂਦੇ ਹੋ, ਨਿਤਨੇਮ ਕਰਾਉਂਦੇ ਹੋ। ਹੁਣ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਪਣੇ ਬੱਚਿਆਂ ਨੂੰ ਨੀਹਾਂ ਚੜਾ ਦੇਣ, ਜੰਗੇ ਮੈਦਾਨ ਦੋ ਲਾਲਾਂ ਨੂੰ ਸ਼ਹੀਦ ਕਰਾ ਦੇਣ, 525 ਫੱਟ ਵੱਜੇ ਸਨ ਬਾਬਾ ਅਜੀਤ ਸਿੰਘ ਦੇ ਉੱਤੇ, ਉਹ ਆਪਣੇ ਲੱਤੇ ਜਿਗਰ ਦਿਲਾਂ ਦੇ ਟੋਟਿਆਂ ਨੂੰ ਟੁਕੜੇ ਟੁਕੜੇ ਕਰਾ ਦੇ, ਪੰਥ ਨੂੰ ਕੁਰਬਾਨ ਕਰ ਦੇ, ਮੇਰਾ ਪੰਥ ਜੀਵੇ, ਬਸ ਇਸ ਲਈ ਜੀ ਅਸੀਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਖਾ ਕੇ ਨਿਤਨੇ ਵੀ ਨੀ ਕਰਾ ਸਕਦੇ, ਆਏ ਮੇਰਾ ਬੱਚਾ, ਆਏ ਮੇਰਾ ਬੱਚਾ। ਗੁਰਮੁਖੋ ਦੱਸੋ ਅਸੀਂ ਸਿੱਖ ਹੈਗੇ ਆ, ਅਸੀਂ ਖਾਲੀ ਸਿੱਖ ਦੇਖਦੇ ਹਾਂ ਜੀ, ਜੀਵਨ ਦੇ ਸਿੱਖ ਨਹੀਂ ਰਹਿ ਗਏ ਸੀ। ਗੁਰਮੁਖੋ ਜਿਸ ਵੇਲੇ ਉਹਨਾਂ ਨੇ ਕਿਹਾ, ਤੀਜਾ ਨੁਕਸ ਦੱਸਿਆ ਸੀ, ਤੁਸੀਂ ਬੱਚਿਆਂ ਨੂੰ ਪੈਂਟਾਂ ਕਮੀਜ਼ਾਂ ਨੀ ਪਵਾਉਂਦੇ, ਬਾਣਾ ਪਵਾਉਂਦੇ ਹੋ, ਜੋ ਗੁਰਗੋਬਿੰਦ ਸਿੰਘ ਮਹਾਰਾਜ ਦਾ ਅਨੰਦਪੁਰ ਸਾਹਿਬ ਦਾ ਬਾਣਾ ਸੀ, ਉਹ ਨੀਚੇ ਚੱਲਣਾ, ਵੈਸਟਰਨ ਵਰਲਡ ਆ ਗਿਆ। ਤੇ ਗੁਰਮੁਖੋ ਜਿਹੜਾ ਇਹ ਗਰੀਬ ਸ਼ਖਸ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਇਹਨੇ ਸਾਰੀ ਜ਼ਿੰਦਗੀ ਜੋ ਬਿਜ਼ਨਸ ਕਰਦੇ ਨੇ, ਇੰਡਸਟਰੀ ਦਾ 100% ਪ੍ਰੋਫਿਟ ਕਰਦੇ ਨੇ, ਉਹ ਅੱਜ ਵੀ ਬਾਣੇ ਵਿੱਚ ਰਹਿੰਦੇ ਨੇ ਜੀ। ਤੇ ਗੁਰਮੁਖ ਇਸ ਲਈ ਤਿੰਨ ਚੀਜ਼ਾਂ ਦੇ ਜਵਾਬੇ ਦਾ ਵਚਨ ਹੋਇਆ ਕਿ ਭਾਈ ਸਾਧ ਸਿੰਘ ਜੀ, ਜੇ ਗੁਰੂ ਗੋਬਿੰਦ ਸਿੰਘ ਮਨ ਨੂੰ ਭਾਵਦਾ ਹੋਏਗਾ ਤੇ ਇਹ ਚੱਲ ਜਾਏਗਾ, ਨਹੀਂ ਤੇ ਆਪੇ ਬੰਦ ਹੋ ਜਾਏਗਾ। ਤੇ ਗੁਰੂ ਕੇ ਪਿਆਰਿਓ, ਇੱਕ ਪਾਸੇ ਤੇ ਪੰਜਾਬ ਨਸ਼ੇ ਦੀ ਭੱਠੀ ਤਪਦਾ ਰਿਹਾ ਤੇ ਅਸੀਂ ਰੋਲਾ ਹੀ ਪਾਉਂਦੇ ਰਹਿ ਗਏ, ਤੇ ਦੂਜੇ ਪਾਸੇ ਉਹ ਬਾਬਾ 90 ਸਾਲ ਦਾ ਬਿਰਧ ਬਾਬਾ, 90 ਸਾਲ ਦਾ ਬਿਰਧ ਬਾਬਾ ਅੱਜ ਵੀ 130 ਸਕੂਲ ਬਣਾ ਕੇ 65,000-70,000 ਬੱਚਾ ਗੁਰਮੁਖ ਪਿੰਡਾਂ ਦੇ ਵਿੱਚ, ਕਦੇ ਕਿਸੇ ਨੇ ਸੁਪਨਾ ਹੀ ਨਹੀਂ ਸੀ ਲਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਇਹ ਜੇ ਬਿਹਤਰੀਨ ਸਕੂਲ ਬਣ ਜਾਣਗੇ, ਇਹ ਜੀ ਐਜੂਕੇਸ਼ਨ ਬਚ ਜਾਏਗੀ ਕਿ ਸਾਡੇ ਬੱਚੇ ਪਿੰਡਾਂ ਦੇ ਬੱਚੇ ਦੁਨੀਆਂ 'ਚ ਬਿਹਤਰੀਨ ਐਜੂਕੇਸ਼ਨ ਲੈ ਕੇ ਵਰਲਡ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੌਕਰੀ ਕਰਨਗੇ। ਤੇ ਅੱਜ 70,000 ਬੱਚਾ ਗੁਰਮੁਖੋ ਤੁਹਾਡੀ ਝੋਲੀ 'ਚ ਪਾਤਾ, ਉਹ 70,000 ਬੱਚੇ ਨੇ ਇੱਕ ਤੂਫਾਨ ਲਿਆ ਦਿੱਤਾ। ਗੁਰਮੁਖੋ ਮੇਰੀ ਕਥਾ ਨਾਲ ਸਿੱਖੀ ਨਹੀਂ ਬਦਲ ਸਕਦੀ, ਮੇਰੀ ਕਥਾ ਨਾਲ ਸਿੱਖ ਨਹੀਂ ਅੰਮ੍ਰਿਤ ਛਕਣਗੇ, ਅੰਮ੍ਰਿਤ ਛਕੇਗਾ ਕਿਵੇਂ ਸਿੱਖ,
ਮਹਾਰਾਜ ਕਹਿੰਦੇ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਕਰੇ ਸੰਸਾਰ, ਅਮਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਤੇ ਉਹਨਾਂ ਬੱਚਿਆਂ ਨੇ ਜੀਵਨ ਢਾਲਿਆ ਤੇ ਗੁਰਮੁਖੋ ਤੁਹਾਨੂੰ ਖੁਸ਼ੀ ਹੋਏਗੀ ਕਿ ਤੁਹਾਡਾ ਪੰਜਾਬ ਹੈ ਦਿੱਲੀ ਦਾ ਇੱਕ ਸਿੱਖ ਬੋਲ ਰਿਹਾ ਜਿਹਦੇ ਹਿਰਦੇ ਸੰਜੀ ਮਾਰਨੇ ਕੀੜ ਪਾਤੀ ਸਿੱਖਾ ਜੇ ਕੁਰਬਾਨ ਹੋਣੇ ਤੇ ਪੰਜਾਬ ਦੀ ਧਰਤੀ ਦੇ ਬੱਚਿਆਂ ਨੂੰ ਬਚਾ ਲੈ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਜ਼ਿੰਦਗੀ ਲੁਟਾ ਗਏ ਸੀ ਆਪਣੀ ਜੀ। ਤੇ ਗੁਰਮੁਖ ਅੱਜ 70,000 ਬੱਚਿਆਂ ਨੇ 10 to 12 lakh ਸਰੀਰਾਂ ਦਾ ਜੀਵਨ ਤਬਦੀਲ ਕਰਕੇ ਗੁਰਮਤ ਵਾਲੇ ਪਾਸੇ ਜੋੜਤਾ ਜੀ। ਜੀ ਦੋ ਯੂਨੀਵਰਸਿਟੀਆਂ, ਇੱਕ ਯੂਨੀਵਰਸਿਟੀ ਅਟਰਨਲ ਯੂਨੀਵਰਸਿਟੀ ਬੜੂ ਸਾਹਿਬ ਜੀ, ਤੇ ਦੂਜੀ ਯੂਨੀਵਰਸਿਟੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੌਥਾ ਬਚਨ ਸੀ ਜਿਸਦੇ ਕੰਟਰੋਵਰਸੀ ਸਾਰਾ ਸਿੱਖ ਜਗਤ ਕਰਦਾ ਹੈਗਾ ਕਿ ਇਹ ਗੁਰੂ ਨੇ ਬਚਨ ਕੀਤਾ ਸੀ ਨਹੀਂ ਕੀਤਾ ਸੀ, ਤੁਸੀਂ ਠੇਕਾ ਲਿਆ ਜਾਂ ਕੀਤਾ ਸੀ। ਗੁਰਮੁਖੋ ਅਸੀਂ ਨਕਸ਼ਲ ਤੇ ਨਿਚੋੜ ਤੇ ਜਾਈਏ, ਯਹੂਦੀਆਂ ਨੂੰ ਜਦ ਗੈਸ ਕੈਮਰਾ ਸਾੜਿਆ ਗਿਆ ਸੀ ਨਾ 60 lakh ਯਹੂਦੀਆਂ ਨੂੰ, ਉਹਨਾਂ ਨੇ ਇੱਕੋ ਕੰਮ ਕੀਤਾ ਸੀ ਜੈਸ ਅਨਾਊਂਸ ਕੀਤਾ ਸੀ ਜੂਸ਼ ਐਜੂਕੇਸ਼ਨ ਫੰਡ ਜੀ। ਉਹ ਜੂਸ਼ ਐਜੂਕੇਸ਼ਨ ਫੰਡ ਦਾ ਮਤਲਬ ਕੀ ਸੀ, ਜਿਹੜੇ ਜਿਹੜੇ ਯਹੂਦੀ ਦੀ ਰਗੜ ਰਗੀ ਯਹੂਦੀਆਂ ਦਾ ਖੂਨ ਹੈ ਆਪਣਾ ਦਸਵੰਧ ਐਜੂਕੇਸ਼ਨ ਦੇ ਵਿੱਚ ਪਾਓ, ਉਹਨਾਂ ਨੇ ਗੁਰਮੁਖ ਆਪਣੇ ਬੱਚਿਆਂ ਨੂੰ ਇਤਨਾ ਐਜੂਕੇਟ ਕਰਤਾ, ਸਕੂਲ ਯੂਨੀਵਰਸਿਟੀਆਂ ਟੈਕਨੀਕਲ ਹੱਬ ਬਣਾਤੇ, ਅੱਜ ਪੂਰੀ ਦੁਨੀਆਂ ਤੇ ਰਾਜ ਕਰਦੇ ਪਏ ਨੇ 1 crore 15 lakh ਯਹੂਦੀ, ਤੇ 2.5 crore ਸਿੱਖ ਕੀ ਕਰਦੇ ਪਏ ਨੇ ਮਾਰਬਲ ਦੇ ਗੁਰਦੁਆਰੇ ਹਿੰਦੁਸਤਾਨ ਚ ਬਣਾਉਂਦੇ ਨੇ, ਤੇ ਹਰ ਗੁਰਦੁਆਰੇ ਚ 30 saal ਕਿਰਪਾਨਾਂ ਤੇ ਡਾਂਗਾਂ ਚੱਲਦੀਆਂ ਹੁੰਦੀਆਂ ਨੇ ਕਿ ਇਸ ਗੋਲਕ ਦਾ ਮਾਲਕ ਮੈਂ ਬਣਾਂਗਾ, ਇਸ ਚੋਰੀ ਮੈਂ ਬਣਾਂਗਾ, ਸੇਵਾ ਮੈਂ ਕਰਾਂਗਾ। ਹੈਰਾਨੀ ਦੀ ਗੱਲ ਹੈ, ਨਵਾਬ ਕਪੂਰ ਸਿੰਘ ਜਿਹਨੂੰ ਪਹਿਲੀ ਨਵਾਬੀ ਮਿਲੀ ਤੇ ਉਹਨੇ ਸ਼ਰਤ ਰੱਖੀ ਕਿ ਭਾਈ ਮੈਨੂੰ ਨਵਾਬੀ ਤਾਂ ਦਿਓਗੇ, ਮੈਂ ਤਾਂ ਲਾਂਗਾ ਜੇ ਮੇਰੀ ਸੇਵਾ ਨਹੀਂ ਕੀਤੋਗੇ। ਸੇਵਾ ਕੀ ਸੀ? ਘੋੜਿਆਂ ਦੀ ਲਿੱਦ ਚੁੱਕਣੀ, ਜੂਠੇ ਭਾਂਡੇ ਮਾਂਜਣ ਦੀ ਸੇਵਾ ਸਿੱਖ ਜਗਤ ਨੂੰ ਯਾਦ ਨਹੀਂ ਆਈ, ਚੋਟੀਆਂ ਦੇ ਪ੍ਰਧਾਨਾਂ ਨੂੰ ਗੁਰਮੁਖੋ ਜੋੜੇ ਚਾੜਨ ਦੀ ਸੇਵਾ ਯਾਦ ਨਹੀਂ ਆਈ, ਤੇ ਇਸ ਸੇਵਾ ਦੇ ਵਿੱਚ ਅਸੀਂ ਮਾਰਬਲ ਦੇ ਗੁਰਦੁਆਰੇ ਤੇ ਬਣਾ ਲਏ, ਸੋਨੇ ਦੀਆਂ ਪਾਲਕੀਆਂ ਤੇ ਬਣਾ ਲਈਆਂ, ਪਰ ਗੁਰਮੁਖੋ ਗੁਰਦੁਆਰੇ ਪੱਕੇ ਕੱਚੇ ਸਨ, ਸਿੱਖ ਪੱਕੇ ਸਨ, ਅੱਜ ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ, ਤੇ ਇਹਨਾਂ 130 ਸਕੂਲਾਂ ਦੇ ਵਿੱਚ ਜਿੱਥੇ ਪਲਸਤਰ ਨਹੀਂ ਹੋਇਆ ਹੋਇਆ, 70,000 ਬੱਚਾ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰਦਾ ਜੇ, ਤੇ ਤੁਹਾਡੀ ਝੋਲੀ ਦਾ ਗਹਿਣਾ ਬਣਦਾ ਜੇ ਗੁਰੂ ਕੇ ਪਿਆਰਿਓ। ਭਾਈ ਸਾਹਿਬ ਤੁਸੀਂ ਤੁਸੀਂ ਇਹ ਮਿਸ਼ਨ ਦੱਸਿਆ ਹੈ ਕਿ ਜੀ ਬੱਚਿਆਂ ਨੂੰ ਸੈਂਟੀਫਿਕ ਐਜੂਕੇਸ਼ਨ ਦੇ ਨਾਲ ਨਾਲ ਧਾਰਮਿਕ ਐਜੂਕੇਸ਼ਨ ਜਿਹੜੀ ਆ ਅਗਰ ਦਿੱਤੀ ਜਾਵੇ ਤੇ ਉਹ ਬੱਚੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਵੀ ਬੜੇ ਵਧੀਆ ਤਰੀਕੇ ਨਾਲ ਜੀ ਸਕਦੇ ਆ ਔਰ ਦੁਨੀਆ ਦੇ ਵਾਸਤੇ ਇੱਕ ਮਿਸਾਲ ਬਣ ਸਕਦੇ ਆ। ਔਰ ਤੁਸੀਂ ਦੱਸਿਆ ਕਿ ਜੀ 75,000 ਬੱਚਾ ਇਸ ਵੇਲੇ ਪੰਜਾਬ ਦੇ ਵਿੱਚ ਪੜ੍ਹ ਰਿਹਾ ਔਰ ਦੁਨੀਆ ਭਰ ਦੇ ਵਿੱਚ ਜੀ 70,000 ਮਾਫੀ ਚਾਹੁੰਦਾ ਜੀ 70,000 ਬੱਚਾ ਸਕੂਲਾਂ ਦੇ ਵਿੱਚ ਪੜ੍ਹ ਰਿਹਾ ਔਰ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੱਸ ਚੁੱਕਾ ਔਰ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾ ਕੇ ਕੰਮ ਕਰ ਰਿਹਾ। ਭਾਈ ਸਾਹਿਬ ਜਿਹੜੀ ਵਿੱਦਿਆ ਦੀ ਗੱਲ ਹੈ, ਅੱਜ ਪੰਜਾਬ ਦੇ ਵਿੱਚ ਬਹੁਤ ਸਕੂਲ ਖੁੱਲ੍ਹ ਚੁੱਕੇ ਨੇ ਔਰ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਧੰਦਾ ਵੀ ਬਣ ਚੁੱਕੇ ਨੇ ਕਿ ਐਜੂਕੇਸ਼ਨ ਉਹਨਾਂ ਦਾ ਮਕਸਦ ਨਹੀਂ ਰਹਿ ਗਿਆ, ਕਿਤੇ ਨਾ ਕਿਤੇ ਇੱਦਾਂ ਰਹਿ ਗਿਆ ਕਿ ਉਹ ਸਿਰਫ ਇੱਕ ਕਾਰੋਬਾਰ ਦੇ ਤੌਰ ਤੇ ਚਲਾ ਰਹੇ ਨੇ। ਔਰ ਤੁਸੀਂ ਕਿਹਾ ਕਿ ਜੀ ਅਸੀਂ ਇਹ ਮਿਸ਼ਨ ਲੈ ਕੇ ਚੱਲੇ ਹਾਂ ਕਿ ਬੱਚਿਆਂ ਨੂੰ ਜਿੱਥੇ ਅਸੀਂ ਸੈਂਟੀਫਿਕ ਐਜੂਕੇਸ਼ਨ ਦੇਣੀ ਆ ਉੱਥੇ ਨਾਲ ਦੀ ਨਾਲ ਗੁਰਬਾਣੀ ਨਾਲ ਜੋੜਦਾ ਹੈ, ਤੁਹਾਡੇ ਵਾਸਤੇ ਮੈਂ ਤੁਹਾਡੀ ਗੱਲ ਨੂੰ ਕਰੈਕਟ ਕਰ ਦੇਣਾ ਜੀ। ਮੈਂ ਤੁਹਾਡੀ ਗੱਲ ਨੂੰ, ਬਾਬਾ ਜੀ ਸਾਨੂੰ ਇਹੀ ਮੈਸੇਜ ਦਿੰਦੇ ਰਹੇ ਸਾਰੀ ਜ਼ਿੰਦਗੀ ਕਿ ਲਿਟਰਸੀ ਔਰ ਐਜੂਕੇਸ਼ਨ, ਪੜ੍ਹਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਕਹਿੰਦੇ ਜੇਤਾ ਪੜ੍ਹਿਆ ਤੇਤਾ ਕਰਿਆ ਜੀ। ਪੜ੍ਹਾਈ ਨੂੰ ਮਹਾਰਾਜ ਨੇ ਇੱਕ ਬੰਨੇ ਲਾਤਾ ਤੇ ਦੂਜੇ ਪਾਸੇ ਮਹਾਰਾਜ ਨੇ ਕਹਿਤਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੀ। ਤੇ ਗੁਰਮੁਖੋਂ ਵਿਦਿਆ ਉਹ ਆ ਇਹ ਬੰਦੇ ਦੇ ਅੰਦਰ ਵੈਲਿਊਜ ਆ ਜਾਣ, ਬੱਚੇ ਦੇ ਅੰਦਰ ਗੁਣ ਆ ਜਾਣ, ਪਰਉਪਕਾਰੀ ਬਣ ਜਾਏ ਬੱਚਾ। ਤੇ ਪੜ੍ਹਾਈ ਕੀ ਕੀਤੀ, ਲੋਕਾਂ ਨੇ ਡਾਕਟਰ ਤੇ ਬਣ ਗਏ ਪਰ ਕਿਡਨੀਆਂ ਵੇਚੀਆਂ ਜੀ, ਪੈਸਾ ਤੇ ਕਮਾਉਣਾ ਸ਼ੁਰੂ ਕਰਤਾ ਤੇ ਨਿਊਕਲੀਅਰ ਬਣਾ ਦਿੱਤੇ ਜੀ। ਤੇ ਸੋ ਇਹ ਡਿਫਰੈਂਸ ਹੈਗਾ ਜਿਹੜੀ ਡਿਫਰੈਂਸ ਮਹਾਂਪੁਰਸ਼ ਦੱਸਦੇ ਸਨ। ਹੈਲੋ 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 ਭਾਈ ਸਾਹਿਬ ਜੀ ਜੀ ਕੈਰੀ ਔਨ ਜੀ ਜੀ। ਹਾਂਜੀ, ਤੇ ਮਹਾਂਪੁਰਸ਼ਾਂ ਨੇ ਇਹ ਡਿਫਰੈਂਸ ਜਿਹੜਾ ਦੱਸਿਆ ਸਾਨੂੰ ਤੇ ਉਸ ਆਸ਼ੇ ਉੱਤੇ ਇੱਕ ਕਾਰਜ ਸ਼ੁਰੂ ਕੀਤਾ। ਹੁਕਮ ਜੀ ਜੀ। ਭਾਈ ਸਾਹਿਬ ਤੁਸੀਂ ਕਿਹਾ ਜੀ ਵਿੱਦਿਆ, ਜਿਹੜੀ ਮੈਂ ਸਵਾਲ ਇਹ ਕੀਤਾ ਸੀਗਾ, ਤੁਸੀਂ ਕਿਹਾ ਸੀ ਮੈਂ ਉਹਨੂੰ ਕੰਪਲੀਟ ਕਰ ਦਿੰਦਾ, ਮੇਰਾ ਸਵਾਲ ਇਹ ਸੀਗਾ ਕਿ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹ ਜਿਹੜੀ ਵਿੱਦਿਆ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬੱਚਿਆਂ ਨੂੰ ਬਣਾ ਕੇ ਤੇ ਸਮਾਜ ਵਿੱਚ ਲੈ ਕੇ ਆ ਰਹੇ ਹੋ ਸੈਂਟੀਫਿਕ ਔਰ ਧਾਰਮਿਕ ਵਿੱਦਿਆ, ਕਿਤੇ ਨਾ ਕਿਤੇ ਜਿਹੜਾ ਅੱਜ ਦਾ ਨੌਜਵਾਨ ਹੈ, ਜਿਹੜੀਆਂ ਤੁਸੀਂ 3 ਗੱਲਾਂ ਦੱਸੀਆਂ ਸੀ ਕਿ ਨੌਨ ਵੈਜ, ਇਸ਼ਨਾਨ ਤੇ ਪੈਂਟ ਕਮੀਜ਼, ਭਾਵੇਂ ਕਿ ਵਾਕਿਆ ਹੀ ਅੱਜ ਦਾ ਸਮਾਜ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਨੂੰ ਮਾਡਰਨਾਈ, ਆਪਣੇ ਆਪ ਨੂੰ ਮਾਡਰਨ ਸਮਝਦਾ, ਅਗਰ ਉਹ ਇਹ ਚੀਜ਼ਾਂ ਦਾ ਸੇਵਨ ਕਰਦਾ ਜਾਂ ਇਹੋ ਜਿਹੇ ਉਹ ਕੱਪੜੇ ਪਹਿਨਦਾ। ਤੇ ਪਰ ਤੁਸੀਂ ਦੱਸਿਆ ਕਿ ਜੀ ਜਿੱਥੇ ਤੁਸੀਂ ਬਾਣੇ ਨੂੰ ਕਾਇਮ ਰੱਖਿਆ ਉੱਥੇ ਨਾਲ ਤੁਸੀਂ ਬਾਣੀ ਦਾ ਵੀ ਪ੍ਰਚਾਰ ਰੱਖਿਆ, ਤੁਹਾਡੇ ਵਾਸਤੇ ਇਸ ਵੇਲੇ ਜਿਹੜੇ ਇਹ ਸਿੱਖ ਸਕੂਲ ਨੇ ਜਾਂ ਜਿਹੜੇ ਇਹ ਬੱਚੇ ਨੇ
ਜਾਂ ਜਿਹੜੀ ਹੋਰ ਆਉਣ ਵਾਲੀ ਸਿੱਖਾਂ ਦੀ ਪਨੀਰੀ ਆ ਜਾਂ ਬੱਚੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਆ? ਵਿੱਦਿਆ ਦੇ ਨਾਲ ਨਾਲ ਇੱਕ ਤੁਸੀਂ ਦੱਸਿਆ ਕਿ ਸੈਂਟੀਫਿਕ ਰਹਿਣਾ, ਉਸ ਦੇ ਨਾਲ ਨਾਲ ਤੁਹਾਨੂੰ ਕੀ ਲੱਗਦਾ ਕਿ ਜੋ ਇਸ ਵੇਲੇ ਮੀਡੀਆ ਦੇ ਵਿੱਚ ਪ੍ਰਚਾਰ ਹੋ ਰਿਹਾ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੋ ਰਹੇ ਨੇ, ਮੀਡੀਆ ਨਾਲ ਬਹੁਤ ਸਾਰਾ ਸੱਚ ਵੀ ਸਾਹਮਣੇ ਆ ਰਿਹਾ ਔਰ ਬਹੁਤ ਸਾਰੀਆਂ ਕਈ ਵਾਰੀ ਗਲਤ ਗੱਲਾਂ ਵੀ ਪ੍ਰਚਾਰੀਆਂ ਜਾਂਦੀਆਂ ਨੇ, ਤੁਹਾਡਾ ਕੀ ਕਹਿਣਾ ਹੈ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਚੀਜ਼ਾਂ ਦੇ ਪ੍ਰਭਾਵ ਹੇਠ ਆਉਂਦੇ ਨੇ? ਮੇਰੇ ਨਾਲ ਭਾਈ ਰਵਿੰਦਰ ਸਿੰਘ ਜੀ ਜੁੜ ਚੁੱਕੇ ਨੇ ਜੀ, ਤੇ ਆਪ ਜੀ ਫਤਿਹ ਬੁਲਾ ਲਓ ਤੇ ਇਹ ਅੱਗੇ ਕਾਰਵਾਈ ਸ਼ੁਰੂ ਰੱਖਣਗੇ ਜੀ। ਵੀਰ ਜੀ ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਵਿੰਦਰ ਸਿੰਘ ਜੀ ਅਸੀਂ ਵੀ ਜਿੱਦਾਂ ਜੀ ਬੇਨਤੀ ਕਰਦੇ ਹਾਂ ਜੀ, ਅਸੀਂ ਚਾਹਣਾ ਜੀ ਚਾਹੁੰਦੇ ਹਾਂ ਕਿ ਤੁਸੀਂ ਬੜੂ ਸਾਹਿਬ ਗੁਰੂ ਕਲਗੀਧਰ ਟਰੱਸਟ ਦੇ ਵਿੱਚ ਕੀ ਸੇਵਾ ਨਿਭਾ ਰਹੇ ਹੋ? ਮੈਂ PR ਐਡਵਾਈਜ਼ਰ ਹਾਂ ਜੀ ਟਰੱਸਟ ਦਾ ਜੀ, ਤੇ ਆਪ ਜੀ ਦਾ ਮੈਂ ਸਵਾਲ ਹੁਣੀ ਸੁਣਿਆ ਹੈਗਾ ਜੀ। ਦੋ ਤਿੰਨ ਗੱਲਾਂ ਖਿਆਲ ਆਉਂਦੀਆਂ ਨੇ ਵੀਰ ਜੀ। ਪਹਿਲੀ ਗੱਲ, ਜਿਹੜੇ ਬੱਚੇ ਪਾਸ ਆਊਟ ਹੋ ਕੇ ਨਿਕਲ ਚੁੱਕੇ ਨੇ, ਲਗਭਗ 12,000 ਅਮਾਊਂਟ ਹੈਗੀ ਹੈ ਜਿਹੜੇ ਬੱਚੇ ਹੁਣ ਤੱਕ ਪਾਸ ਆਊਟ ਹੋ ਕੇ ਬੜੂ ਸਾਹਿਬ ਤੋਂ ਨਿਕਲ ਚੁੱਕੇ ਨੇ ਜੀ। ਪਹਿਲੀ ਗੱਲ ਤੇ ਸਾਡੇ ਸਕੂਲ ਦਾ ਜੋ ਪ੍ਰੋਸੈਸ ਹੈਗਾ ਉਹ ਡਿਫਰੈਂਟ ਹੈਗਾ ਕੰਪੇਅਰ ਟੂ ਅਦਰ ਸਕੂਲ ਜੀ। ਸਾਡੇ 8 ਘੰਟੇ ਦੇ ਸਕੂਲ ਹੁੰਦੇ ਨੇ, 8 ਆਵਰ ਸਕੂਲ ਹੁੰਦੇ ਨੇ, ਔਰ ਪਿਓਰ ਪਿੰਡਾਂ ਦੇ ਅੰਦਰ ਡੀਪ ਰੂਰਲ ਹਾਰਟ ਦੇ ਅੰਦਰ ਸਕੂਲ ਖੁੱਲੇ ਹੋਏ ਨੇ ਜੀ, ਨਾ ਕਿ ਸ਼ਹਿਰੀ ਸਕੂਲ ਨੇ, ਨਾ ਕਿ ਕੋਈ ਅਸੀਂ ਕਹਿ ਸਕਦੇ ਹਾਂ ਅਰਬਨ ਏਰੀਆ ਦੇ ਸਕੂਲ ਨੇ, ਬਲਕਿ ਬਿਲਕੁਲ ਪਿੰਡਾਂ ਦੇ ਵਿੱਚ ਸਕੂਲ ਨੇ। ਉੱਥੇ ਦੇ ਚੈਲੇਂਜਸ ਹੀ ਹੋਰ ਕਿਸਮ ਦੀਆਂ ਹੁੰਦੀਆਂ ਨੇ, ਅੱਛੀ ਕੁਆਲਿਟੀ ਦੇ ਟੀਚਰਸ, ਔਰ ਉਹਨਾਂ ਨੂੰ ਉੱਥੇ ਠਹਿਰਾਉਣ ਲਈ ਮੋਟੀਵੇਟ ਕਰਨਾ, ਉੱਥੇ ਰਹਿਣ ਲਈ ਮੋਟੀਵੇਟ ਕਰਨਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਚੈਲੇਂਜ ਹੁੰਦਾ ਹੈ। ਬੱਚਿਆਂ ਦੀ ਕੁਆਲਿਟੀ ਇੰਨੀ ਪੂਅਰ ਹੁੰਦੀ ਹੈ ਕਿ ਉਹਨਾਂ ਨੂੰ CBSE ਦੇ ਸਟੈਂਡਰਡ ਨਾਲ ਕੋਪ ਅਪ ਕਰਾਉਣਾ ਬਹੁਤ ਵੱਡਾ ਚੈਲੇਂਜ ਹੁੰਦਾ ਹੈ। ਤੀਸਰੀ ਪ੍ਰੋਬਲਮ ਆਉਂਦੀ ਹੈ, ਪਿੰਡਾਂ ਦੇ ਅੰਦਰ ਕੋਈ ਕਲਚਰ ਨਹੀਂ ਹੈ ਟਿਊਸ਼ਨ ਦਾ, ਤੇ ਸਾਡੇ ਸਕੂਲਾਂ ਦੇ ਵਿੱਚ ਫ੍ਰੀ ਟਿਊਸ਼ਨ ਬੱਚਿਆਂ ਨੂੰ ਲਾਸਟ 1 ਘੰਟਾ ਹੁੰਦਾ ਜਿਹੜੇ ਟੀਚਰ ਹੀ ਕਰਾਉਂਦੀਆਂ ਨੇ, ਬੱਚੇ ਬੈਗਸ ਪੈਕ ਕਰਕੇ ਡੈਸਕ ਦੇ ਉੱਤੇ ਛੱਡ ਕੇ ਖਾਲੀ ਹੱਥ ਕਰ ਜਾਂਦੇ ਨੇ। ਇੱਕ ਆਪਣੇ ਆਪ ਦੇ ਬੜਾ ਵੱਡਾ ਚੈਲੇਂਜ ਹੈ ਕਿ ਸਾਨੂੰ 8 ਆਵਰ ਸਕੂਲ ਮੇਨਟੇਨ ਕਰਨੇ ਪੈਂਦੇ ਨੇ, ਇਟ ਇਜ਼ ਆਲਮੋਸਟ ਲਾਈਕ ਅ ਡੇ ਬੋਰਡਿੰਗ ਸਕੂਲ ਜੀ। ਦੂਜੀ ਗੱਲ ਇਹ ਹੈ, ਜਿਹੜੇ 12,000 ਬੱਚੇ ਲਗਭਗ ਜਿਹੜੇ ਪਾਸ ਆਊਟ ਕਰਕੇ ਗਏ ਨੇ, ਅਗਰ ਆਪ ਜੀ ਉਹਦੇ ਵਿੱਚ ਸੈਂਪਲ ਸਾਈਜ਼ ਦੇਖੋ, ਜਿਨ੍ਹਾਂ ਦੇ ਅਸੀਂ ਗੱਲ ਕਰਦੇ ਹਾਂ ਵੀ ਬਾਹਰ ਨਿਕਲਦੇ ਬੱਚੇ ਤੇ ਕੇਸ ਕਟਾ ਲੈਂਦੇ ਨੇ, ਉਹ ਕੁਛ ਹੋ ਜਾਂਦਾ ਹੈ, ਯੈਸ ਜੀ ਕਟਾ ਲੈਂਦੇ ਨੇ, ਕਈ ਬੱਚੇ ਹੈਗੇ ਨੇ ਜਿਹੜੇ ਕਟਾ ਲੈਂਦੇ ਨੇ, ਮੈਨੂੰ ਇੱਕ ਕਾਊਂਟਰ ਕੁਐਸਚਨ ਕਰਨ ਦੀ ਲੋੜ ਸਮਝ ਆਉਂਦੀ ਹੈਗੀ ਹੈ ਜੀ, ਕਿ ਇੱਕ ਸੋਸ਼ਲ ਸਰਕਲ ਦੇ ਅੰਦਰ, ਸਮਾਜ ਦੇ ਇੱਕ ਪੂਰੇ ਦਾਇਰੇ ਦੇ ਅੰਦਰ, ਸਕੂਲ ਦਾ ਇੱਕ ਦਾਇਰਾ ਸੀਮਿਤ ਹੈ, ਪਰਿਵਾਰ ਦਾ ਵੱਡਾ ਦਾਇਰਾ ਹੈ, ਉਸ ਤੋਂ ਬਾਅਦ ਸੋਸਾਇਟੀ ਦਾ, ਸਮਾਜ ਦਾ, ਨੇਬਰਹੁੱਡ ਦਾ, ਸਾਡੀ ਕਮਿਊਨਿਟੀ ਦਾ ਦਾਇਰਾ ਵੀ ਕਾਫੀ ਵੱਡਾ ਹੁੰਦਾ ਹੈਗਾ ਜੀ। ਜਿਹੜੇ ਬੱਚੇ ਕੇਸ ਕਟਾ ਲੈਂਦੇ ਨੇ, ਯੈਸ 30-40%, 35% ਬੱਚਾ ਕਟਾ ਲੈਂਦਾ ਹੈ ਜੀ, ਠੀਕ ਹੈ ਜੀ। ਅਸੀਂ ਜਦ ਉਹਨਾਂ ਨੂੰ ਸਰਵੇ ਕੀਤੀ ਉਹਨਾਂ ਦੀ ਕਿ ਬਈ ਤੁਸੀਂ ਬਾਹਰ ਨਿਕਲਦੇ ਕਿਉਂ ਕਟਵਾ ਲੈਂਦੇ ਹੋ, ਤੇ ਸਾਨੂੰ ਇਹ ਪਤਾ ਲੱਗਿਆ ਜੋ ਕਿ ਸ਼ੌਕਿੰਗ ਗੱਲ ਦੀ ਹੈ, ਕਿ ਪੇਰੈਂਟਸ, ਮਾਤਾ ਪਿਤਾ ਹੀ ਆਪ ਕਾਉਂਸਲਿੰਗ ਕਰਕੇ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਬਈ ਅਸੀਂ ਬਾਬੇ ਥੋੜੀ ਪੜ੍ਹਨਾ, ਆਪਾਂ ਦੇ ਮਾਡਰਨ ਯੁੱਗ ਦੇ ਮਾਡਰਨ ਬੰਦੇ ਬਣਨੇ ਨੇ ਜੀ। ਤੁਸੀਂ ਇਹ ਦੇਖ ਲਓ ਕਿ ਇੱਕ ਜ਼ਿੰਮੇਵਾਰੀ ਸਾਰੀ ਸਕੂਲ ਦੀ ਦੇ ਦਿੱਤੀ ਜਾਵੇ, ਬਈ ਬੱਚੇ ਨੂੰ ਕਾੜਨ ਦੀ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੇ ਕੋਲ 10 ਸਾਲ ਪੜਿਆ ਬੱਚਾ, 12 ਸਾਲ ਪੜਿਆ, ਪਰ ਸਮਾਜ ਦੀ, ਪੇਰੈਂਟਸ ਦੀ, ਫੈਮਿਲੀ ਦੀ, ਨੇਬਰਹੁੱਡ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਕਮਿਊਨਿਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਦਿਸ ਇਜ਼ ਮਾਈ ਕਾਊਂਟਰ ਕੁਐਸਚਨ। ਇਹ ਸਮਾਜ ਦੇ ਵਿੱਚ ਐਸੀ ਇੱਕ ਲਹਿਰ ਚੱਲੀ ਹੋਈ ਹੈਗੀ ਹੈ, ਖਾਸ ਕਰਕੇ ਪੰਜਾਬ ਔਰ ਪਿੰਡਾਂ ਦੇ ਅੰਦਰ, ਜਿਹਦੇ ਵਿੱਚ ਪੇਰੈਂਟਸ ਵੀ ਆਪਣੇ ਆਪ ਨੂੰ ਬੜੇ ਇਨਸਿਕਿਓਰ ਔਰ ਜਿਹਨੂੰ ਕਹਿੰਦੇ ਨੇ ਇਨਫੀਰੀਅਰ ਸਮਝਦੇ ਨੇ, ਜੇ ਬੱਚਾ ਬਾਣੇ ਵਾਲਾ ਹੋਵੇ, ਜੇ ਬੱਚਾ ਬਾਣੀ ਪੜ੍ਹ ਰਿਹਾ ਹੋਵੇ, ਔਰ ਬੱਚਾ ਗੋਲ ਦਸਤਾਰ ਪਾਈ ਹੋਵੇ, ਉਹ ਮਾਡਰਨਿਟੀ ਸਮਝਦੇ ਨੇ ਕੁਛ ਹੋਰ ਚੀਜ਼ਾਂ ਨੂੰ, ਠੀਕ ਹੈ ਨਾ ਜੀ। ਜਿਹੜੇ ਮੇਰੇ ਵੀਰ ਨੇ, ਭਾਈ ਜਸਬੀਰ ਸਿੰਘ ਨੇ ਆਪ ਜੀ ਨੂੰ ਦੱਸਿਆ ਰਿਗਾਰਡਿੰਗ ਬੜੂ ਸਾਹਿਬ ਜਾਂ ਬੜੂ, ਜਿਹੜੇ ਕਿ ਲੋਕ ਕਈ ਕੁਐਸਚਨ ਕਰਦੇ ਨੇ, ਦੇਖੋ ਜੀ ਉਹਨਾਂ ਨੇ ਬੜੀ ਇਮੋਸ਼ਨਲ ਪਿੱਚ, ਉਹਨਾਂ ਦੀ ਅੰਦਰੂਨੀ ਆਵਾਜ਼ ਤੋਂ ਉਹਨਾਂ ਨੇ ਗੱਲ ਕੀਤੀ ਜੀ। ਅਗਰ ਕਈ ਸਾਡੇ ਸਰੋਤੇ ਐਸੇ ਹੋਣਗੇ ਜਿਹੜੇ ਲੌਜੀਕਲ ਹੋਰ ਰੇਸ਼ਨਲ ਗੱਲ ਹੀ ਸੁਣਨਾ ਚਾਹੁੰਦੇ ਨੇ, ਉਹ ਲੌਜਿਕ ਤੋਂ ਇਲਾਵਾ ਕਿਸੇ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦੇ, ਮੈਂ ਉਹਨਾਂ ਦਾ ਜਵਾਬ ਜਿਹੜਾ ਇਸ ਗੱਲ ਦਾ ਲੌਜਿਕ ਦੇ ਅਨੁਸਾਰ ਦੇ ਦਿੰਦਾ ਵਾ ਜੀ। ਹਿੰਦੁਸਤਾਨ ਦੇ ਹਰ ਸਟੇਟ ਦੇ ਅੰਦਰ ਸਟੇਟ ਨੇਮਸ ਅਥਾਰਿਟੀ ਹੁੰਦੀ ਹੈ, ਇਟ ਇਜ਼ ਅ ਕਮੇਟੀ ਆਫ 11-15 ਮੈਂਬਰਸ ਫਾਰਮਡ ਬਾਈ ਦਾ ਸਟੇਟ ਗਵਰਨਮੈਂਟ, ਜਿਹੜੀ ਡਿਸਾਈਡ ਕਰਦੀ ਹੈ ਹਰ ਥਾਂ, ਹਰ ਗਲੀ, ਹਰ ਚੌਂਕ ਦਾ ਨਾਮ ਕੀ ਹੋਣਾ ਚਾਹੀਦਾ, ਜਾਂ ਅਗਰ ਬਦਲਣਾ ਹੈ ਤੇ ਉਹ ਬਦਲਿਆ ਜਾਣਾ ਚਾਹੀਦਾ ਜਾਂ ਨਹੀਂ ਬਦਲਣਾ ਚਾਹੀਦਾ ਜੀ ਜੀ ਜੀ। ਫੋਰ ਐਗਜ਼ਾਮਪਲ, ਲੁਧਿਆਣਾ ਨੂੰ ਅਸੀਂ ਲੁਧਿਆਣਾ ਸਾਹਿਬ
ਸੱਚਾਈ ਵਿੱਚ ਨਹੀਂ ਕਰ ਸਕਦੇ ਪਰ ਅਸੀਂ ਇਹ ਐਪਰੀਸ਼ੀਏਟ ਕਰੀਏ ਕਿ ਅਸੀਂ ਇੱਕ ਨੌਨ ਸਿੱਖ ਸਟੇਟ ਹਿਮਾਚਲ ਪ੍ਰਦੇਸ਼ ਹੀ ਚੱਕੇ ਹਾਂ ਜਿੱਥੇ ਉਹਨਾਂ ਨੇ ਚੂਜ਼ ਕੀਤਾ ਕਿ ਯੈਸ ਦਿਸ ਇਜ਼ ਵਨ ਚੈਰਿਟੀ ਵਿਚ ਇਜ਼ ਡੂਇੰਗ ਗ੍ਰੇਟ ਗੁੱਡ ਫਾਰ ਹਿਮਾਚਲ ਪ੍ਰਦੇਸ਼ ਔਰ ਉਹਨਾਂ ਨੇ ਰੈਵਨਿਊ ਰਿਕਾਰਡ ਤੋਂ ਲੈ ਕੇ ਨੋਟੀਫਿਕੇਸ਼ਨ ਤੋਂ ਲੈ ਕੇ ਹਰ ਥਾਂ ਦੇ ਉੱਤੇ ਉਸਦਾ ਨਾਮ ਬੜੂ ਸਾਹਿਬ ਕੀਤਾ ਆਊਟ ਆਫ ਰਿਸਪੈਕਟ ਸ਼ੀਅਰ ਰਿਸਪੈਕਟ ਬਟ ਮੇਰਾ ਅਗੇਨ ਕੁਸਚਨ ਮਨ ਦੇ ਚਾਹੁੰਦਾ ਹੈਗਾ ਇੱਕ ਨੌਨ ਸਿੱਖ ਸਟੇਟ ਜਿਹੜੀ ਹੈ ਉਹ ਡਿਸਾਈਡ ਕਰ ਸਕਦੀ ਹੈ ਟੂ ਕੰਫਰ ਦਿਸ ਆਨਰ ਔਨ ਦੈਟ ਪਲੇਸ ਬਟ ਅਸੀਂ ਸਿੱਖ ਭਰਾ ਉਸ ਚੀਜ਼ਾਂ ਨੂੰ ਕੁਸਚਨ ਕਰੀ ਜਾਂਦੇ ਹਾਂ ਜਿਹੜਾ ਤੁਹਾਡਾ ਸਕੂਲ ਹੈ ਜੀ ਇਹ ਗੁਰੂ ਕਲਗੀਧਰ ਟਰੱਸਟ ਦੇ ਅੰਡਰ ਰਜਿਸਟਰਡ ਹੈ ਤੇ ਕਹਿੰਦੇ ਨੇ ਸਵਾਲ ਹੈ ਸੰਗਤਾਂ ਦਾ ਕਿ ਜੀ ਇੱਥੇ ਯੋਗਾ ਕਿਉਂ ਕਰਵਾਇਆ ਜਾਂਦਾ ਦੁਬਾਰਾ ਕੁਸਚਨ ਕਰੋਗੇ ਜੀ ਜੀ ਮੈਂ ਬੇਨਤੀ ਕਰ ਰਿਹਾ ਤੁਸੀਂ ਕਿਹਾ ਜੀ ਕਿ ਤੁਸੀਂ ਇਹ ਹਿਮਾਚਲ ਵਿੱਚ ਹੋ ਜਿਹੜੀ ਕਿ ਨੌਨ ਸਿੱਖ ਸਟੇਟ ਹੈ ਉਹਦੀ ਗਵਰਨਮੈਂਟ ਵੀ ਨੌਨ ਸਿੱਖ ਹੈ ਔਰ ਉੱਥੇ ਤੁਹਾਨੂੰ ਸ਼ਹਿਰ ਦਾ ਨਾਮ ਉਹਨਾਂ ਨੇ ਬੜੂ ਸਾਹਿਬ ਰੱਖ ਕੇ ਦਿੱਤਾ ਔਰ ਦੂਜੇ ਪਾਸੇ ਸੰਗਤਾਂ ਦਾ ਇਹ ਸਵਾਲ ਹੈ ਕਿ ਜੀ ਤੁਸੀਂ ਬੜੂ ਸਾਹਿਬ ਜਿਹੜਾ ਕਿ ਕਲਗੀਧਰ ਟਰੱਸਟ ਦੇ ਨਾਮ ਥੱਲੇ ਚੱਲਦਾ ਹੈ ਉਹਦੇ ਵਿੱਚ ਯੋਗਾ ਕਿਉਂ ਕਰਵਾਇਆ ਜਾਂਦਾ ਯੋਗਾ ਦੇਖੋ ਵੀਰ ਜੀ ਇਸ ਤਰ੍ਹਾਂ ਹੈਗਾ ਯੋਗਾ ਦੀ ਕੁਸਚਨ ਤੁਸੀਂ ਕੀਤਾ ਇਸ ਤਰ੍ਹਾਂ ਹੀ ਜਨ ਗਣ ਮਨ ਦੀ ਵੀ ਕੁਸਚਨ ਕੀਤਾ ਗਿਆ ਹੈਗਾ ਜੀ ਆਪ ਜੀ ਲੰਡਨ ਸੂਬੇ ਚ ਗਏ ਹੋ ਇਸ ਵੇਲੇ ਜੀ ਉੱਥੇ ਜਿਹੜੇ ਬੱਚੇ ਪਬਲਿਕ ਸਕੂਲਾਂ ਦੇ ਵਿੱਚ ਜਾਂਦੇ ਨੇ ਕਿਆ ਉੱਥੇ ਗੋਡ ਸੇਵ ਦਾ ਕੁਈਨ ਉਹਨਾਂ ਨੂੰ ਪੜ੍ਹਨੀ ਪੈਂਦੀ ਹੈ ਅਗਰ ਸਕੂਲ ਕੰਪਲਸਰੀ ਕਰੇ ਜਾਂ ਉਹਨਾਂ ਦਾ ਬੋਰਡ ਜਿਹੜਾ ਹੈਗਾ ਕੰਪਲਸਰੀ ਕਰੇ ਮਜਬੂਰਨ ਪੜ੍ਹਨੀ ਪੈਂਦੀ ਹੈ ਸਿਮਿਲਰਲੀ ਅਮਰੀਕਾ ਜਿਹੜੇ ਬੱਚੇ ਨੇ ਉਹ ਉਹਨਾਂ ਦਾ ਨੈਸ਼ਨਲ ਐਂਥਮ ਪੜ੍ਹਦੇ ਨੇ ਜੋ ਕਿ ਉਹਨਾਂ ਦਾ ਬੋਰਡ ਡਿਫਾਈਨ ਕਰਦਾ ਕੀ ਕਰਨਾ ਅਸੀਂ ਆਫਟਰ ਆਲ ਸੀਬੀਐਸਈ ਦਾ ਪੈਟਰਨ ਫਾਲੋ ਕਰਦੇ ਪਏ ਹਾਂ ਵੀ ਆਰ ਐਫੀਲੇਟਿਡ ਟੂ ਸੀਬੀਐਸਈ ਐਂਡ ਵੀ ਆਰ ਗਵਰਨਡ ਐਂਡ ਮੋਨੀਟਰਡ ਬਾਏ ਸੀਬੀਐਸਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਭਾਰਤ ਸਰਕਾਰ ਦੀ ਹੈ ਔਰ ਉਹਨਾਂ ਦਾ ਇਹ ਕੰਪਲਸਰੀ ਹੈਗਾ ਕਿ ਬੱਚਿਆਂ ਨੇ ਰੋਜ਼ ਅਸੈਂਬਲੀ ਦੇ ਵਿੱਚ ਜਨ ਗਣ ਮਨ ਪੜ੍ਹਨਾ ਹੈਗਾ ਇਸ ਤਰ੍ਹਾਂ ਹੀ ਯੋਗਾ ਨੂੰ ਲੈ ਕੇ ਵੀ ਉਹਨਾਂ ਦੀਆਂ ਕੁਛ ਕੰਡੀਸ਼ਨਸ ਹੁੰਦੀਆਂ ਨੇ ਅਸੀਂ ਯੋਗਾ ਓਮ ਜਾਂ ਉਹਨਾਂ ਚੀਜ਼ਾਂ ਨਾਲ ਉਚਾਰਨ ਨਾਲ ਨਹੀਂ ਕਰਾਉਂਦੇ ਬੱਚਿਆਂ ਨੂੰ ਅਸੀਂ ਵਾਹਿਗੁਰੂ ਦੇ ਉਚਾਰਨ ਨਾਲ ਕਰਾਉਂਦੇ ਹਾਂ ਸਿੰਪਲ ਐਕਸਰਸਾਈਜ਼ ਕਰਾਉਂਦੇ ਹਾਂ ਤਾਂ ਕਿ ਅਸੀਂ ਸੀਬੀਐਸਈ ਦੇ ਜੋ ਵੀ ਉਹਨਾਂ ਨੇ ਕਰਿਕੁਲਮ ਸੈੱਟ ਕੀਤਾ ਉਸਦੀ ਉਲੰਘਣਾ ਵੀ ਨਾ ਕਰੀਏ ਔਰ ਨਾ ਹੀ ਅਸੀਂ ਸਿੱਖੀ ਦੀ ਉਲੰਘਣਾ ਕਰੀਏ ਇਸ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਕਾਫੀ ਦਿੱਕਤ ਵਾਲਾ ਕੰਮ ਹੈਗਾ ਅਸੀਂ ਜਦ ਗੁਰਮਤਿ ਪੜ੍ਹਾਉਂਦੇ ਹਾਂ ਬੱਚਿਆਂ ਨੂੰ ਹਿਸਟਰੀ ਪੜ੍ਹਾਉਂਦੇ ਹਾਂ ਬੱਚਿਆਂ ਨੂੰ ਸੀਬੀਐਸਈ ਦੇ ਕੁਐਸਚਨ ਹੁੰਦੇ ਨੇ ਵੀ ਤੁਸੀਂ ਤਿੰਨ ਘੰਟੇ ਕਿਉਂ ਪੜ੍ਹਾਉਂਦੇ ਹੋ ਜੀ ਤੁਸੀਂ ਪਾਠ ਕਿਉਂ ਕਰਵਾਉਂਦੇ ਹੋ ਜੀ ਬਾਕੀ ਸਕੂਲਾਂ 'ਚ ਹੁੰਦਾ ਨਹੀਂ ਹੈ ਤੇ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਬੈਲੈਂਸ ਕਰਕੇ ਆਪਣੀ ਵਿਦਿਆ ਦਾ ਜੋ ਪ੍ਰਸਾਰ ਹੈ ਉਹ ਕਰੀ ਜਾ ਰਿਹਾ ਨਾਲ ਹੀ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਐਪਰੀਸ਼ੀਏਬਲ ਚੈਲੰਜ ਹੈ ਅਫਸੋਸ ਇਹ ਹੁੰਦਾ ਕਿ ਸੰਗਤਾਂ ਬੜੀ ਐਂਥੂਸੀਆਜ਼ਮ ਨਾਲ ਸਾਨੂੰ ਕੰਗਾਰੂ ਕੋਰਟ ਦੇ ਉੱਤੇ ਜਜਮੈਂਟ ਕਰ ਲੈਂਦੀਆਂ ਨੇ ਜਾਂ ਸਾਨੂੰ ਚੈੱਕ ਕਰ ਰਹੀਆਂ ਹੁੰਦੀਆਂ ਨੇ ਸਕਰੂਟਨੀ ਕਰ ਰਹੀਆਂ ਹੁੰਦੀਆਂ ਨੇ ਵਿਚ ਐਟ ਟਾਈਮ ਰਵਿੰਦਰਪਾਲ ਸਿੰਘ ਜੀ ਮੈਂ ਮਾਫੀ ਚਾਹੁੰਦਾ ਤੁਹਾਨੂੰ ਵਿੱਚ ਰੋਕਣ ਵਾਸਤੇ ਇਹ ਜਿਹੜੀ ਗੱਲ ਹੈ ਨਾ ਤੁਸੀਂ ਅੱਜ ਕਲੈਰੀਫਿਕੇਸ਼ਨ ਦੇ ਰਹੇ ਹੋ ਇਹ ਇੱਕ ਬੜਾ ਚੰਗਾ ਮੈਸੇਜ ਹੈ ਇਹ ਬੜਾ ਵਧੀਆ ਉਪਰਾਲਾ ਹੈ ਤੁਹਾਡਾ ਕਿ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਜਿਹੜੇ ਸੰਗਤਾਂ ਦੇ ਕੁਝ ਸਵਾਲ ਨੇ ਉਹਨਾਂ ਨੂੰ ਆਨਸਰ ਕਰ ਰਹੇ ਹੋ ਔਰ ਉਹਨਾਂ ਚੋਂ ਕਈਆਂ ਨੂੰ ਬਹੁਤ ਸਾਰਿਆਂ ਨੂੰ ਆਨਸਰ ਮਿਲ ਗਿਆ ਹੋਵੇਗਾ ਤੁਸੀਂ ਇੱਥੇ ਕਿਹਾ ਜੀ ਸੀਬੀਐਸਈ ਬੋਰਡ ਹੈ ਤੇ ਸਾਡਾ ਸੀਬੀਐਸਈ ਬੋਰਡ ਦੇ ਨਾਲ ਕਹਿ ਲਓ ਕਿ ਅਸੀਂ ਉਹਨਾਂ ਦੇ ਅੰਡਰ ਆ ਸਾਨੂੰ ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਕੀ ਤੁਸੀਂ ਇਹ ਮੰਨਦੇ ਹੋ ਕਿ ਇਹ ਜਿਹੜੇ ਕੁਛ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਕੰਟਰੋਲ ਤੋਂ ਬਾਹਰ ਨੇ ਹਾਂਜੀ ਕਈ ਚੀਜ਼ਾਂ ਸੀਬੀਐਸਈ ਦੀ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ ਜੀ ਮੈਂ ਇੱਕ ਗੱਲ ਅਸ਼ਿਓਰ ਕਰਦਾ ਹਾਂ ਆਪ ਜੀ ਨੂੰ ਔਰ ਜਿੰਨੇ ਸਾਡੀ ਸੰਗਤਾਂ ਸੁਣ ਰਹੀਆਂ ਨੇ ਇਸ ਪ੍ਰੋਗਰਾਮ ਨੂੰ ਜੀ ਕਿ ਸਾਡਾ ਫਿਊਚਰ ਦੀ ਪਲੈਨਿੰਗ ਇਹ ਹੈਗੀ ਹੈ ਜਦ ਸਾਡੇ 500 ਸਕੂਲ ਹੋ ਜਾਣਗੇ ਅਸੀਂ ਆਪਣਾ ਅਕਾਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਬਣਾਉਣਾ ਹੈ ਉਸਦਾ ਪ੍ਰੋਸੈਸ ਅਸੀਂ ਆਲਰੇਡੀ ਸ਼ੁਰੂ ਕਰ ਦਿੱਤਾ ਹੈ ਆਪਣਾ ਕਰਿਕੁਲਮ ਹੋਏਗਾ ਇੰਟਰਫੇਰੈਂਸ ਬਿਲਕੁਲ ਬੰਦ ਹੋ ਜਾਏਗੀ ਟੋਟਲੀ ਇੰਡੀਪੈਂਡੈਂਟ ਬਾਡੀ ਹੋਏਗੀ ਬਲਕਿ ਹੋਰ ਜਿਹੜੇ ਛੋਟੇ ਸਿੱਖ ਸਕੂਲ ਹੈਗੇ ਦੇ ਆਸ ਪਾਸ ਹਿੰਦੁਸਤਾਨ ਦੇ ਉਹ ਵੀ ਇਸ ਬੋਰਡ ਦੇ ਵਿੱਚ ਰਜਿਸਟਰ ਕਰ ਸਕਦੇ ਨੇ ਸੋ ਜਦੋਂ ਤੁਸੀਂ ਆਪਣਾ ਬੋਰਡ ਬਣਾਓਗੇ ਕੀ ਉਦੋਂ ਤੁਸੀਂ ਸਾਰੀਆਂ ਰਵਾਇਤਾਂ ਜਿਹੜੀਆਂ ਨੇ ਉਹ ਸਿੱਖ ਰੱਖੋਗੇ ਹਾਂਜੀ
ਉਸ ਸਮੇਂ ਫਿਰ ਅਸੀਂ ਟੋਟਲ ਗੁਰਮਤ ਮਰਿਆਦਾ ਅਨੁਸਾਰ ਜਿੰਨੀ ਵੀ ਸਿੱਖ ਰਵਾਇਤਾਂ ਨੇ ਉਹਨਾਂ ਦੀ ਪੈਰਵਾਈ ਕਰਾਂਗੇ ਜੀ, ਤੇ ਉਹਨਾਂ ਦੀ ਅਸੀਂ ਐਜ਼ ਵਾਚ ਡੌਗਸ ਬਣ ਕੇ ਰਹਾਂਗੇ। ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਇਹ ਤੁਸੀਂ ਅੱਜ ਇਹ ਗੱਲ ਕਹੀ ਹੈ ਸਾਡੇ ਫਤਿਹ ਚੈਨਲ ਆਜ਼ਾਦ ਦੇ ਉੱਪਰ ਆ ਕੇ ਕਿ ਜਦੋਂ ਤੁਸੀਂ ਆਪਣਾ ਟਰਸਟ ਬਣਾ ਲਓਗੇ, ਆਪਣਾ ਬੋਰਡ ਬਣਾ ਲਓਗੇ, ਉਦੋਂ ਤੁਸੀਂ ਸਿੱਖ ਰਵਾਇਤਾਂ ਨੂੰ, ਸਿੱਖ ਸਿਧਾਂਤਾਂ ਨੂੰ ਜਿਹੜੀ ਆ ਉਹ ਤਰਜੀਹ ਦਿਓਗੇ। ਭਾਈ ਸਾਹਿਬ ਬੇਨਤੀ ਹੈ ਇੱਕ ਹੋਰ ਮੇਰੀ, ਕਿਉਂਕਿ ਇੱਕ ਸਵਾਲ ਹੈ ਕਿ ਤੁਸੀਂ ਭਾਈ ਸਾਹਿਬ ਗਰੀਬ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ ਨਾਲ ਉੱਥੇ? ਭਾਈ ਸਾਹਿਬ ਇਹ ਜ਼ਰੂਰ ਕਲੀਅਰ ਕਰਿਓ ਕਿ ਕਿੰਨੇ ਬੱਚੇ ਜਿਹੜੇ ਨੇ ਉਹ ਪਾਵਰਟੀ ਦੇ ਵਿੱਚ ਨੇ ਔਰ ਉਹ ਤੁਹਾਡੇ ਸਕੂਲਾਂ 'ਚ ਪੜ੍ਹ ਰਹੇ ਨੇ, ਕਿਉਂਕਿ ਇਹ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਬੜੂ ਸਾਹਿਬ ਵਾਲੇ ਜਿਹੜੇ ਨੇ ਉਹ ਗਰੀਬ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ, ਇਹਦੇ ਬਾਰੇ ਕਲੈਰੀਫਿਕੇਸ਼ਨ ਜ਼ਰੂਰ ਦਿਓ। ਐਗਜ਼ੈਕਟਲੀ ਇਸ ਤਰ੍ਹਾਂ ਵੀ ਅਸੀਂ ਨਾ ਤਦੋਂ ਬਾਬਾ ਜੀ ਦੇ ਕਹੇ ਅਨੁਸਾਰ ਕਦੋਂ ਮਾਰਕੀਟਿੰਗ ਵਿੱਚ ਵਿਸ਼ਵਾਸ ਵੀ ਰੱਖਿਆ, ਅਸੀਂ ਹਮੇਸ਼ਾ ਕਹਿੰਦੇ ਸੀ ਬਾਬਾ ਜੀ ਹਮੇਸ਼ਾ ਸਾਨੂੰ ਇਹੀ ਰਾਏ ਦਿੰਦੇ ਸੀ ਵੀ ਲੈਟ ਗੁੱਡ ਵਰਕ ਸਪੀਕ ਜੀ। ਇਸ ਕਰਕੇ ਇਸ ਗੱਲ ਨੂੰ ਅਸੀਂ ਸ਼ਹਿਰ ਸੰਗਤਾਂ ਤੱਕ ਪਹੁੰਚਾ ਹੀ ਨਹੀਂ ਪਾਏ। ਮੈਂ ਆਪ ਜੀ ਨੂੰ ਅਸ਼ਿਓਰ ਕਰ ਦਿੰਦਾ ਵਾਂ, ਜਿੰਨਾ ਵੀ ਸਰੋਤਿਆਂ ਨੂੰ ਕੋਈ ਇਹਦੀ ਤਹਿਕੀਕਾਤ ਕਰਨੀ ਹੈ, ਕੋਈ ਇਨਵੈਸਟੀਗੇਸ਼ਨ ਕਰਨੀ ਹੈ, ਮੋਸਟ ਵੈਲਕਮ। 14,442 ਬੱਚਾ ਐਸ ਆਫ 1st ਅਗਸਤ 2016 ਸਾਡੇ ਕੋਲ ਫ੍ਰੀ ਜਾਂ ਏਡਿਡ ਪੜ੍ਹ ਰਿਹਾ ਹੈ। ਜਦ ਮੈਂ ਏਡਿਡ ਕਹਿ ਰਿਹਾ ਤਾਂ ਕੀ ਹੁੰਦਾ ਹੈ, ਜਿਹੜੀ ਬੱਚੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਆਟੋਮੈਟਿਕਲੀ 20% ਡਿਸਕਾਊਂਟ ਦੇ ਦਿੰਦੇ ਹੈਗੇ ਹਾਂ, ਉਹ ਏਡਿਡ ਹੀ ਜਾ ਦਿੰਦੇ। ਲਗਭਗ 14,442 ਬੱਚਾ ਤੇ ਇਸ ਤਰ੍ਹਾਂ ਫ੍ਰੀ ਜਾਂ ਏਡਿਡ ਆਲਰੇਡੀ ਪੜ੍ਹ ਰਿਹਾ ਹੈ। ਪਿਛਲੇ ਸਾਲ ਗ੍ਰੰਥੀ ਸਿੰਘਾਂ ਦੇ ਅਸੀਂ ਲਗਭਗ ਮੋਰ ਦੈਨ 300 ਬੱਚੇ, 300 ਬੱਚੇ ਗਰੀਬ ਗ੍ਰੰਥੀ ਸਿੰਘਾਂ ਦੇ, ਰਾਗੀਆਂ ਦੇ, ਜਿਹੜੇ ਕਿ ਬਿਲਕੁਲ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ, 2,000 3,000 4,000 ਦੀ ਨੌਕਰੀਆਂ ਹੋ ਰਹੀਆਂ ਹੁੰਦੇ ਨੇ ਜੀ ਜੀ, ਤੇ ਉਹਨਾਂ ਦੇ ਬੱਚੇ ਅਸੀਂ ਲਿੱਤੇ ਨੇ। ਇਸ ਸਾਲ ਵੀ ਸਕੀਮ ਉਹਨਾਂ ਵਾਸਤੇ ਹੀ ਅਸੀਂ ਖੋਲੀ ਹੈ। ਜਿੰਨਾ ਕਿਸੇ ਸੋਬਿਆਂ ਦੇ ਪਿੰਡਾਂ ਦੇ ਵਿੱਚ ਇਹੋ ਜਿਹੇ ਗਰੀਬ ਪਰਿਵਾਰ ਜਾਂ ਗ੍ਰੰਥੀ ਸਿੰਘ ਆਗੇ ਨੇ, ਉਹ ਜ਼ਰੂਰ ਸਾਨੂੰ ਕੰਟੈਕਟ ਕਰਨ। ਅਸੀਂ ਉਹ ਬੱਚਿਆਂ ਦੀ ਵੀ ਜ਼ਿੰਮੇਵਾਰੀ ਲੈਣ ਨੂੰ ਪੂਰੇ ਤਿਆਰ ਹੈਗੇ ਆ, ਉਤਾਰੂ ਹੈਗੇ ਆ। ਹਰ ਸਾਲ ਹਰ ਕਿੰਡਰਗਾਰਟਨ ਕਲਾਸ ਦੇ ਅੰਦਰ 10 ਬੱਚੇ ਅਸੀਂ ਫ੍ਰੀ ਲੈ ਰਹੇ ਹਾਂ। ਇਹ ਪ੍ਰੋਸੈਸ ਆਨਗੋਇੰਗ ਹੈ। ਮੇਰੀ ਕਹਿਣ ਦੀ ਬੇਨਤੀ ਇੰਨੀ ਸਿਰਫ ਹੈਗੀ ਹੈ ਕਿ ਜਦ ਅਸੀਂ ਬੱਚਾ ਕਿੰਡਰਗਾਰਟਨ ਦੇ ਵਿੱਚ ਲੈ ਲੈਂਦੇ ਹਾਂ ਤੇ ਸਾਡੀ ਜ਼ਿੰਮੇਵਾਰੀ ਅਗਲੇ 14 ਸਾਲਾਂ ਦੀ ਹੋ ਜਾਂਦੀ ਹੈ। ਜਦ ਤੱਕ ਬੱਚਾ 12ਵੀਂ ਨਹੀਂ ਪਾਸ ਕਰ ਲੈਂਦਾ ਤਦ ਤੱਕ ਅਸੀਂ ਉਹਦੀ ਬਾਂਹ ਫੜੀ ਰੱਖਣੀ ਹੁੰਦੀ ਹੈ ਜੀ ਜੀ, ਠੀਕ ਹੈ ਜੀ। ਤੇ ਇਹ ਬਹੁਤ ਵੱਡੀ ਫਿਗਰ ਹੋ ਜਾਂਦੀ ਹੈ ਕਿਉਂਕਿ ਇਹ ਪਰਮੋਟੇਸ਼ਨ ਕੰਬੀਨੇਸ਼ਨ ਅਗਰ ਤੁਸੀਂ ਕੈਲਕੂਲੇਟ ਕਰੋਗੇ ਤਾਂ ਕਿਊਮੂਲੇਟਿਵ ਫਿਗਰ ਬਹੁਤ ਹਾਈ ਹੋ ਜਾਂਦੀ ਹੈ ਜੀ, ਕਰੋੜਾਂ ਦੇ ਵਿੱਚ ਰਕਮ ਚਲੀ ਜਾਂਦੀ ਹੈਗੀ ਹੈ ਜੀ। ਭਾਈ ਸਾਹਿਬ ਬੜੇ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ, ਇਹਦੇ ਲਈ ਤੁਹਾਡਾ ਧੰਨਵਾਦ। ਮੇਰਾ ਅਗਲਾ ਸਵਾਲ ਜਿਹੜਾ ਇਹ ਵੀ ਸੰਗਤਾਂ ਹੀ ਬੇਨਤੀ ਕਰਦੀਆਂ ਨੇ ਕਿ ਤੁਹਾਡੇ ਸਕੂਲਾਂ ਦੇ ਵਿੱਚ, ਪਤਾ ਨਹੀਂ ਇਹ ਗੱਲ ਸੱਚ ਆ ਕਿ ਝੂਠ, ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਗਿਆ ਨਹੀਂ ਕਦੀ ਉੱਥੇ, ਮੈਂ ਪਹਿਲਾਂ ਦੱਸ ਦਿੰਦਾ, ਤੇ ਇਹ ਸੰਗਤਾਂ ਦਾ ਹੀ ਸਵਾਲ, ਉਹ ਕਹਿੰਦੇ ਨੇ ਕਿ ਸਕੂਲਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ। ਜੀ ਇਹ ਕਹਿੰਦੇ ਨੇ ਕਿ ਇਹ ਤੁਹਾਡੇ ਸਕੂਲਾਂ ਦੇ ਅੰਦਰ ਹਿੰਦੀ ਬੋਲੀ ਜਾਂਦੀ ਹੈ, ਪੰਜਾਬੀ ਨਹੀਂ ਬੋਲੀ ਜਾਂਦੀ। ਆਪਣਾ ਦਸਵਿੰਦਰ ਜੀ, ਭਾਈ ਜਸਬੀਰ ਸਿੰਘ ਬੋਲਦਾ ਜੀ 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 ਜੀ, ਜਿਹੜੀ ਬੀਤੀ ਰਵਿੰਦਰ ਪਾਲ ਸਿੰਘ ਕੋਲ ਜਿਹੜੀ ਗੱਲ ਕਰ ਰਹੀ ਸੀ, ਮੈਂ ਉਹਨੂੰ ਥੋੜਾ ਜਿਹਾ ਸਿੱਖ ਜਗਤ ਦੇ ਕੰਨਾਂ ਤੱਕ ਇੱਕ ਮੈਸੇਜ ਪਹੁੰਚਾ ਰਹੀ ਹੈ। ਜਰੂਰ ਜਰੂਰ। ਇੱਕ ਜਿਹੜੀ ਗੱਲ ਲੈਣੀ ਪਈ ਕਿ ਕੋਈ ਵੀ ਸਕੂਲ ਸ਼ਹਿਰਾਂ ਵਿੱਚ ਨਹੀਂ ਹੈ ਜੀ, ਠੀਕ ਹੈ ਜੀ ਜੀ, ਸਾਰੇ ਸਕੂਲ ਪਿੰਡਾਂ 'ਚ ਨੇ ਜੀ। ਅੱਜ ਕਿਸਾਨਾਂ ਦੇ ਹਾਲਾਤਾਂ ਤੋਂ ਤੁਸੀਂ ਵਾਕਫ ਹੋ, ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਇਹ ਰਿਊਮਰ ਫੈਲਾਇਆ ਗਿਆ ਇੱਥੇ ਜੀ ਅਮੀਰ ਬੱਚੇ ਪੜ੍ਹਦੇ ਨੇ ਜੀ ਜੀ, ਹੁਣ ਦੱਸੋ ਕਿ 129 ਸਕੂਲ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ ਜਾਂ ਰਾਜਸਥਾਨ ਬਿਹਾਰ, ਉੱਥੇ ਕਿਹੜੇ ਅਮੀਰ ਕਿਸਾਨ ਰਹਿੰਦੇ ਜਿਹਨਾਂ ਦੇ ਬੱਚੇ ਪੜ੍ਹਦੇ ਹੋਣਗੇ? ਬਿਲਕੁਲ ਜੀ। ਤੇ ਜਿਹੜੀ ਜਨਰੇਸ਼ਨ ਬਚਾਈ ਜਾ ਰਹੀ ਹੈ ਉਹ ਜਨਰੇਸ਼ਨ ਕਿੰਨੀ ਹੈ ਜੀ? ਗਰੀਬ ਦਾ ਗਾਣਾ ਤੇ ਅਸੀਂ ਗਾਉਂਦੇ ਹਾਂ ਤੇ ਅਸੀਂ ਆਪ ਵੀ ਗਰੀਬ ਬੱਚੇ ਨੂੰ ਸਪੋਰਟ ਨਹੀਂ ਕਰਦੇ, ਪਰ ਜਿਹੜੇ ਬੱਚੇ ਮੱਧਮ ਕਲਾਸ ਦੇ, ਮਿਡਲ ਕਲਾਸ ਦੇ ਹੈਗੇ ਨੇ, ਮੱਧਮ ਪਰਿਵਾਰਾਂ ਚੋਂ ਨੇ ਜੀ, ਉਹ ਵੀ ਪੰਥ ਦੇ ਬਚਾ ਲਏ ਬੜੂ ਸਾਹਿਬ ਨੇ ਕਿ ਸ਼ਾਇਦ ਉਹ ਛੋਟੀ ਕੰਮ ਹੋਏਗਾ ਕਿ ਜੇ ਅੱਜ ਸਕੂਲ ਹੀ ਨਾ ਹੋਵੇ ਐਗਜ਼ਾਮਪਲ ਦੇ ਤੌਰ ਤੇ ਜਿੱਥੇ ਇਤਨੀ ਬਰਬਾਦੀ ਮੱਚੀ ਹੈ, ਜਿਹੜਾ ਬੱਚਾ ਹੋਇਆ ਜਿਹਨਾਂ ਨੇ ਆਪਣੇ ਪਰਿਵਾਰ ਬਚਾ ਲੈਣ, ਕੀ ਇਹ ਹੁੰਦਾ ਭਾਈ ਸਾਹਿਬ? ਜਾਂ ਤੁਸੀਂ ਕੋਈ ਦੂਜੀ ਐਗਜ਼ਾਮਪਲ ਮੈਨੂੰ ਦੇ ਸਕਦੇ ਹੋ ਕਿ ਬੜੂ ਸਾਹਿਬ ਤੋਂ ਇਲਾਵਾ ਕਿਸੇ ਦੂਜੀ ਸੰਸਥਾ ਨੇ ਇਤਨੇ ਵੱਡੇ ਪੱਧਰ ਤੇ ਇਹ ਕੰਮ ਕਰਤਾ ਤੇ ਸਿੱਖੀ ਬਚਾ ਲਈ? ਭਾਈ ਸਾਹਿਬ ਜਸਵੀਰ ਸਿੰਘ ਜੀ, ਸਮਝਣਾ ਪਏਗਾ ਕਿ ਜਿਹੜੇ ਬੱਚੇ ਬਚਾਏ ਜਾ ਰਹੇ ਨੇ ਉਹ ਵੀ ਬੱਚੇ ਪੰਥ ਦੇ ਨੇ, ਉਹ ਵੀ ਸਿੱਖ ਪਰਿਵਾਰਾਂ ਦੇ ਬੱਚੇ ਨੇ ਜੀ। ਦੂਸਰੀ ਗੱਲ ਜੀ, ਹੈਲੋ ਭਾਈ ਸਾਹਿਬ ਜੀ, ਤੁਸੀਂ ਬੜੀ ਵਧੀਆ ਤਰੀਕੇ ਨਾਲ ਦੱਸਿਆ ਕਿ ਪਿੰਡਾਂ ਦੇ ਬੱਚੇ ਜਿਹੜੇ ਨੇ ਔਰ ਪਿੰਡਾਂ ਦੇ ਹਾਲਾਤ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਤੇ ਇੱਕ ਸਵਾਲ ਬਣਦਾ
ਉਹ ਸਵਾਲ ਭਾਈ ਸਾਹਿਬ ਇਹ ਬਣਦਾ ਹੈ ਕਿ ਜੀ ਜਿਹੜੇ ਇਹ ਪਿੰਡਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹਾ ਰਹੇ ਹੋ, ਔਰ ਬਹੁਤ ਸਾਰੀਆਂ ਸੰਗਤਾਂ ਇਹ ਅਕਸਰ ਹੀ ਕਹਿ ਦਿੰਦੀਆਂ ਨੇ ਕਿ ਜੀ ਜਿਹੜੇ ਬੜੂ ਸਾਹਿਬ ਵਾਲੇ ਨੇ ਉਹ ਬੱਚਿਆਂ ਨੂੰ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪਰਵਰਿਸ਼ ਆ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਅਪਬ੍ਰਿੰਗਿੰਗ ਆ ਉਹ ਇਸ ਤਰ੍ਹਾਂ ਨਾਲ ਕਰਦੇ ਨੇ ਕਿ ਉਹ ਭਾਰਤੀ ਸਮਾਜ ਨਾਲ ਮਿਲਦੀ ਜੁਲਦੀ ਹੋਵੇ, ਇਹਦੇ ਬਾਰੇ ਕੀ ਕਹੋਗੇ? ਭਾਰਤੀ ਸਮਾਜ ਨਾਲ, ਇੰਡੀਅਨ ਇੰਡੀਅਨ ਕਲਚਰ ਦੇ ਨਾਲ ਜੀ, ਇੰਡੀਅਨ ਕਲਚਰ ਦੇ ਨਾਲ ਜੀ। ਕਿ ਅੱਜ ਇੰਗਲੈਂਡ ਦੇ ਬੱਚੇ ਜਿਹੜੇ ਜਿਨ੍ਹਾਂ ਦੀ ਪਰਵਰਿਸ਼ ਪਰਿਵਾਰ ਆਪਣੇ ਘਰਾਂ 'ਚ ਕਰਦੇ ਪਏ ਨੇ ਜੀ, ਮਤਲਬ ਕਾਊਂਟਰ ਕੁਐਸਚਨ ਕਰ ਰਹੇ ਆ, ਇੰਗਲੈਂਡ ਦੇ ਬੱਚੇ ਜਿਹੜੇ ਆਪਣੇ ਪਰਿਵਾਰਾਂ ਵਿੱਚ ਜਿਹੜੇ ਇੱਕ ਇੱਕ ਦੋ ਦੋ ਬੱਚੇ ਆਪ ਪਾਲਦੇ ਪਏ ਨੇ ਜੀ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਦੀ ਪਰਵਰਿਸ਼ ਕੀ? ਮੈਂ ਹੁਣ ਇਹ ਡਿਸਕਲੋਜ਼ ਕਰਾਂ ਕਿ ਕਿਸ ਤਰੀਕੇ ਦੀ ਹੋ ਰਹੀ ਹੈ ਜੀ ਜੀ। ਸਵਾਲ ਕਰ ਰਹੇ ਨੇ ਜਿਹੜੇ ਲੋਕ ਜੀ, ਜਿਹੜੇ ਸਵਾਲ ਕਰ ਰਹੇ ਨੇ, ਮੈਂ ਜਿਹੜਾ ਇੰਗਲੈਂਡ ਸਰਵੇ ਕੀਤਾ 85% ਸਿੱਖ ਪਰਿਵਾਰ ਡਿਪਰੈਸ਼ਨ ਚ ਜਾ ਚੁੱਕੇ ਨੇ, ਉਹਨਾਂ ਦੇ ਬੱਚੇ ਜੋ ਹੀ ਯੰਗਸਟਰਸ ਹੁੰਦੇ ਨੇ ਘਰਾਂ ਤੋਂ ਬਾਹਰ ਜਾ ਕੇ ਸੈਟਲ ਹੋ ਜਾਂਦੇ ਨੇ। ਗੁਰਮੁਖੋ ਇਹ ਬੜੀ ਤੁਹਾਨੂੰ ਬੜੀ ਗਹਿਰਾਈ ਨਾਲ ਦੱਸ ਲਿਆ ਕਿ ਅੱਜ ਇੱਕ ਐਸਾ ਮਟੀਰੀਅਲ ਬਾਬਾ ਜੀ ਨੇ ਤਿਆਰ ਕਰਤਾ, ਬੱਚਿਆਂ ਤਿਆਰ ਕਰਤਾ, ਜਿਹੜੇ ਸ਼ਾਇਦ ਆਪਣੇ ਜੀਵਨ ਕਾਲ ਜਦ ਤੱਕ ਮੇਰੇ ਬਜ਼ੁਰਗਾਂ ਦਾ ਜੀਵਨ ਖਰਾਬ ਰਹੇਗਾ ਉਹ ਸੇਵਾ ਵਿੱਚ ਹੀ ਰਹਿਣਗੇ। ਹੁਣ ਤੁਸੀਂ ਦੱਸੋ ਕਿ ਇਹ ਸੰਸਕਾਰ ਦੇਣੇ ਨੇ, ਸ਼ਾਇਦ ਘੱਟ ਨਹੀਂ ਨੇ, ਇਹ ਸੰਸਕਾਰ ਦੇਣੇ ਨੇ ਕੋਈ ਛੋਟਾ ਕੰਮ ਨਹੀਂ ਹੈ ਇੱਕ ਬੱਚੇ ਨੂੰ। ਔਰ ਉਹ ਕਿਸ ਕ੍ਰਾਈਟੀਰੀਆ ਚ ਕਹਿ ਰਹੇ ਕਿ ਹਿੰਦੀ, ਵੈਸੇ ਤੇ ਸਾਡੇ ਸਕੂਲਾਂ ਵਿੱਚ ਹਿੰਦੀ ਸਬਜੈਕਟ ਹੈ ਪਰ ਨਾ ਹਿੰਦੀ ਚ ਕੋਈ ਬੱਚਾ ਗੱਲ ਕਰਦਾ, ਬੱਚੇ ਗੱਲ ਕਰਦੇ ਅੰਗਰੇਜ਼ੀ ਵਿੱਚ ਤੇ ਬੱਚੇ ਗੱਲ ਕਰਦੇ ਪੰਜਾਬੀ ਵਿੱਚ। ਸੋ ਪਰ ਅਸੀਂ ਜਿਸ ਮੁਲਕ ਦੇ ਵਿੱਚ ਰਹਿਣਾ, ਹੈਲੋ ਹਾਂਜੀ ਭਾਈ ਜੀ 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 ਜਿਸ ਮੁਲਕ ਦੀ ਕਾਰਪੋਰੇਟ ਕੰਪਨੀਆਂ ਜਾ ਕੇ ਸਾਡੇ ਬੱਚਿਆਂ ਨੇ ਨੌਕਰੀਆਂ ਕਰਨੀਆਂ, ਜੇ ਇੰਗਲੈਂਡ ਹੀ ਨੌਕਰੀ ਕਰਨੀ ਤੇ ਬੱਚੇ ਨੂੰ ਅੰਗਰੇਜ਼ੀ ਆਉਣੀ ਗਲਤ ਹੈ ਭਾਈ ਸਾਹਿਬ? ਬਿਲਕੁਲ ਬਿਲਕੁਲ, ਉਹਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ ਜੀ, ਆਉਣੀ ਚਾਹੀਦੀ ਹੈ। ਹਾਂ ਤੇ ਜੇ ਹਿੰਦੁਸਤਾਨ ਦੇ ਵਿੱਚ ਰਹਿਣਾ ਤੇ ਹਿੰਦੁਸਤਾਨ ਦੀ ਕਾਰਪੋਰੇਟ ਕੰਪਨੀ ਦੇ ਵਿੱਚ ਹਿੰਦੀ ਆਉਣੀ ਜ਼ਰੂਰੀ ਨਹੀਂ ਚਾਹੀਦੀ ਉਹਨੂੰ? ਜਾਂ ਤੇ ਫਿਰ ਪੰਜਾਬੀ ਵਿੱਚ ਇੰਨੀਆਂ ਤਜਰਬਾ ਹੋਣ, ਪੰਜਾਬੀ ਇੰਨੀ ਸਟਰੋਂਗ ਹੋਵੇ, ਜਿਹੜੀ ਅੱਜ ਗੱਲ ਵੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀ ਖਤਮ ਹੋ ਜਾਏਗੀ, ਉਹਦਾ ਕਾਰਨ ਵੀ ਕਿਤੇ ਨਾ ਕਿਤੇ ਇਹੀ ਹੈ ਕਿ ਅਸੀਂ ਪੰਜਾਬੀ ਵਿੱਚ ਉਨੀਆਂ ਜੌਬਾਂ ਪੈਦਾ ਨਹੀਂ ਕਰ ਪਾਏ, ਉਨੀਆਂ ਨੌਕਰੀਆਂ ਨਹੀਂ ਦੇ ਪਾਏ ਕਿ ਲੋਕ ਪੰਜਾਬੀ ਵਾਲੇ ਪਾਸੇ ਨੂੰ ਆਪ ਲੱਗ ਜਾਣ। ਮੈਂ ਤੁਹਾਡੇ ਨਾਲ ਇਸ ਗੱਲ ਉੱਤੇ ਸਹਿਮਤ ਹਾਂ ਜੀ। ਦੇਖੋ ਭਾਈ ਸਾਹਿਬ, ਅਸੀਂ ਇੰਡਸਟਰੀ ਤੇ ਗ੍ਰੰਥ ਕੀਤੀ ਨਹੀਂ ਸੀ, ਪੰਜਾਬ ਛੱਡ ਕੇ ਆਪ ਬਾਹਰ ਆ ਗਏ। ਬਿਲਕੁਲ, ਅਸੀਂ ਬਾਹਰ ਕਿਉਂ ਆਏ ਜੀ? ਜੀ ਅਸੀਂ ਬਾਹਰ ਇਸ ਲਈ ਆਏ ਨਾ ਕਿ ਸਾਨੂੰ ਪੰਜਾਬ ਦੇ ਵਿੱਚ ਉਹ ਫੈਸਿਲਿਟੀ ਪ੍ਰੋਵਾਈਡ ਨਹੀਂ ਹੋਈ ਜੀ, ਸਾਨੂੰ ਪੰਜਾਬ ਵਿੱਚ ਬਿਜ਼ਨਸ ਨਹੀਂ ਮਿਲਿਆ, ਪੰਜਾਬ ਦੀ ਇੰਡਸਟਰੀ ਨਹੀਂ ਮਿਲੀ ਜੀ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਜਿਹੜੇ ਬੰਦੇ ਕੁਛ ਕਿਸੇ ਪਾਸੇ ਈਰਖਾ ਵਾਲੇ ਪਾਸੇ ਚੱਲਦੇ ਨੇ, ਕਿਸੇ ਬੱਚੇ ਨੂੰ ਕਿਸੇ ਨੂੰ ਉਹ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ, ਜਾਂ ਕੁਛ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਿ ਆਪਣਾ ਉਹਨੂੰ ਪਨਪਦਿਆਂ ਹੋਇਆ ਸਿੱਖੀ ਨੂੰ ਨਹੀਂ ਦੇਖ ਸਕਦੀਆਂ, ਤੁਸੀਂ ਤੁਸੀਂ ਗੱਲ ਕੀਤੀ ਸੀ, ਮਾਫੀ ਚਾਹੁੰਦਾ, ਮੈਂ ਉਹ ਗੱਲ ਅੱਗੇ ਕਰਨਾ ਚਾਹੁੰਦਾ ਸੀ ਪਰ ਕੁਐਸਚਨ ਇੱਕ ਉਹ ਵਿੱਚ ਆ ਗਿਆ। ਉਹ ਗੱਲ ਇਹ ਸੀ ਕਿ ਤੁਸੀਂ ਪਿੰਡਾਂ ਦੇ ਬੱਚਿਆਂ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਗਰੀਬ ਕਿਸਾਨਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਇੰਨੀਆਂ ਗੱਲਾਂ ਮੀਡੀਆ ਦੇ ਵਿੱਚ ਜਾਂ ਜਿੰਨੀਆਂ ਗੱਲਾਂ ਨੂੰ ਮੀਡੀਆ ਬਿਨਾਂ ਗੱਲ ਤੋਂ ਕਈ ਵਾਰੀ ਹਵਾ ਦੇ ਦਿੰਦਾ, ਔਰ ਜਾਂ ਇੰਨੀਆਂ ਗੱਲਾਂ ਮੀਡੀਆ ਦੇ ਵਿੱਚ ਜਿਹੜੀਆਂ ਬੜੂ ਸਾਹਿਬ ਨਾਲ ਰਿਲੇਟਡ ਆ ਰਹੀਆਂ ਨੇ, ਕਿਤੇ ਇਸੇ ਕਰਕੇ ਤਾਂ ਨਹੀਂ ਆ ਰਹੀਆਂ ਕਿ ਇਹ ਸਿੱਖੀ ਦਾ ਜਿਹੜੇ ਸਿੱਖਾਂ ਦੇ ਬੱਚੇ ਨੇ, ਛੋਟੇ ਛੋਟੇ ਪਰਿਵਾਰਾਂ ਦੇ ਬੱਚੇ ਨੇ, ਤੁਸੀਂ ਕਿਹਾ ਕਿ ਤੁਹਾਡੇ 139 ਸਕੂਲ ਪਿੰਡਾਂ ਦੇ ਵਿੱਚ ਨੇ, ਉਹ ਪਿੰਡਾਂ ਦੇ ਬੱਚੇ ਗੁਰਬਾਣੀ ਨਾਲ ਜੁੜ ਰਹੇ ਨੇ, ਕਿਤੇ ਇਹੀ ਕਾਰਨ ਤਾਂ ਨਹੀਂ? ਮੈਂ ਤੁਹਾਨੂੰ ਦੱਸਦਾ ਜੀ, ਇਹ ਜਿਹੜਾ ਕਾਰਵਾ ਜਿਹਨਾਂ ਨੇ ਚਲਾਇਆ ਹੋਇਆ ਹੈ, ਇਹ ਤਿੰਨ ਕੈਟੇਗਰੀ ਦੀ ਗਿਣਤੀ ਹੁੰਦੀ ਜੀ, ਸ਼ਖਸੀਅਤਾਂ ਹੁੰਦੀਆਂ ਨੇ ਜੀ। ਪਹਿਲੀ ਕੈਟੇਗਰੀ ਉਹ ਹੈ ਜਿਹੜੇ ਕਿ ਸੰਸਥਾ ਦੇ ਵਿੱਚ ਕੋਈ ਮਾੜੇ ਗੱਲਾਂ ਜਿਹੜੀਆਂ ਦੀ ਗੱਲ ਜਿਹਨਾਂ ਦੀ ਗੱਲਾਂ ਨਹੀਂ ਸੰਸਥਾ ਨੂੰ ਬਰਦਾਸ਼ਤ ਹੋ ਸਕਦੀਆਂ, ਜਿਹਨਾਂ ਨੂੰ ਸੰਸਥਾ ਵਾਰ ਵਾਰ ਮਨਾ ਕਰਨ ਦੇ ਬਾਵਜੂਦ ਜਿਹੜੇ ਗਲਤੀਆਂ ਕਰਦੇ ਨੇ, ਸਾਨੂੰ ਮਜਬੂਰਨ ਉਹਨਾਂ ਨੂੰ ਰਸਟੀਕੇਟ ਕੀਤਾ ਜਾਂਦਾ ਹੈ, ਬਾਹਰ ਕੱਢਣਾ ਪੈਂਦਾ ਹੈ ਕਿ ਸੰਸਥਾ ਦੇ ਵਿੱਚ ਖਰਾਬੀ ਨਾ ਹੋਵੇ, ਇਹ ਮਹਾਂਪੁਰਸ਼ ਹੈ ਸੰਸਥਾ ਹੈ, ਜਿਸ ਵੇਲੇ ਉਹ ਬਾਹਰ ਜਾਂਦੇ ਨੇ ਉਹ ਆਪਣੀਆਂ ਗਲਤੀਆਂ ਨਹੀਂ ਦੱਸਦੇ, ਬਲਕਿ ਸਿੱਖ ਪੰਥ ਲਈ ਗੁੰਮਰਾਹ ਕਰਕੇ ਸਿੱਖ ਪੰਥ ਨੂੰ ਬੜੂ ਸਾਹਿਬ ਦਾ ਕੋਲ ਪ੍ਰਚਾਰ ਕਰਦੇ ਨੇ, ਜੀ ਪਹਿਲੀ ਕੈਟੇਗਰੀ 'ਚ ਇਹ ਹੈ ਜੀ। ਦੂਸਰੀ ਕੈਟੇਗਰੀ ਇਹ ਹੈ ਕਿ ਜਿਹਨਾਂ ਬੱਚਿਆਂ ਨੂੰ ਉਹਨਾਂ ਦੀ ਮਾੜੀਆਂ ਕਰਤੂਤਾਂ ਕਰਕੇ ਬੱਚਿਆਂ ਨੂੰ ਕੱਢਿਆ ਜਾਂਦਾ, ਜਾਂ ਜਿਹੜੇ ਮਾਂ ਪਿਓ ਬੱਚੇ ਐਡਜਸਟ ਨਹੀਂ ਕਰ ਸਕਦੇ, ਬੜੂ ਸਾਹਿਬ ਤੋਂ ਵਾਪਸ ਲੈ ਜਾਂਦੇ ਨੇ, ਸਕੂਲਾਂ 'ਚ ਬਣਾ ਲੈਂਦੇ ਨੇ, ਉਹ ਆਪਣੇ ਬੱਚੇ ਦੀ ਕਮੀ ਦੱਸਣ ਦੀ ਬਜਾਏ ਉਹਨਾਂ ਸ਼ਖਸੀਅਤਾਂ ਦੇ ਨਾਲ ਰਲ ਜਾਂਦੇ ਨੇ, ਵੀ ਜਿਹੜੀ ਕੈਟੇਗਰੀ ਬਦਨਾਮੀ ਕਰ ਰਹੀ ਅਸੀਂ ਵੀ ਨਾਲ ਰਲ ਜਾਈਏ, ਉਹ ਕਹਿੰਦੇ ਨੇ ਆਪ ਡੁੱਬੇ ਕਟੋ ਸਗਲੋ ਕੁੱਲ ਡੋਬਨ, ਆਪ ਤਾਂ ਡੁੱਬਦੇ ਹੋ ਨਾਲ ਦੂਜੇ,
ਤੀਜੀ ਕੈਟੇਗਰੀ ਇਹ ਹੈ ਭਾਈ ਸਾਹਿਬ, ਜਿਹਨਾਂ ਨੂੰ ਜਿਹਨਾਂ ਨੇ ਆਪ ਨਾ ਦੇ ਚੂਰੂ ਵਰ ਪਾਣੀ, ਧਿਆਨ ਸੁਣਨਾ, ਆਪ ਨਾ ਦੇ ਚੂਰੂ ਵਰ ਪਾਣੀ ਤਹਿ ਦਿੰਦੇ ਜੇ ਗੰਗਾ ਆਣੀ, ਜਿਹਨਾਂ ਨੇ ਕੰਮ ਤੇ ਕੁਝ ਨੀ ਕਰਨਾ ਆਪ, ਜੀ ਜੀ ਜਿਹਨਾਂ ਨੇ ਕੰਮ ਕੁਝ ਨੀ ਕਰਨਾ ਆਪ, ਪਰ ਉਹਨਾਂ ਕੋਲੋਂ ਈਰਖਾ ਤੇ ਬੜੂ ਸਾਹਿਬ ਦੀ ਤਰੱਕੀ ਬਰਦਾਸ਼ਤ ਨੀ ਹੋ ਰਹੀ ਤੇ ਉਹਨਾਂ ਨੇ ਇਹ ਜੇ ਮਾੜੇ ਮਾੜੇ ਐਲੀਮੈਂਟ ਜਿਹੜੇ ਇਕੱਠੇ ਕਰਕੇ ਕਦੀ ਰੇਡੀਓ ਤੇ ਕਦੀ ਟੀਵੀ ਤੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰ੍ਹਾਂ ਬਦਨਾਮ ਕਰੀਏ, ਨੁਕਸਾਨ ਕਰੀਏ, ਤੇ ਕਦੀ ਇਹ ਸੋਚਿਆ ਸਿੱਖ ਪੰਥ ਨੇ ਕਿ ਬੜੂ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ, ਜਿਹੜਾ ਤੁਸੀਂ ਪੁਆਇੰਟ ਚੁੱਕਿਆ? ਬਿਲਕੁਲ ਜੀ ਭਾਈ ਸਾਹਿਬ, ਕਿਉਂ ਕੀਤੀ ਜਾ ਰਹੀ ਹੈ, ਕੀ ਕਾਰਨ ਹੈ? ਹਾਂ, ਇਹ ਸਿੱਖ ਪੰਥ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬੜੂ ਸਾਹਿਬ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਉਹਦੀ ਵਜ੍ਹਾ ਕੀ ਹੈ ਜੀ? ਬੜੂ ਸਾਹਿਬ ਨੇ ਕਿਹੜਾ ਐਸਾ ਕੰਮ ਕਰਤਾ ਜਿਹਦੇ ਨਾਲ ਪੰਥ ਦਾ ਨੁਕਸਾਨ ਹੋ ਗਿਆ ਜਾਂ ਕੁਛ ਹੋ ਗਿਆ? ਸਿਰਫ ਗੁਰਮੁਖੋ ਪਰਸਨਲ ਈਗੋ, ਪਰਸਨਲ ਈਰਖਾ, ਤੇ ਉਹ ਛੁਪੇ ਹੋਏ ਜਿਹੜੇ ਜਿੰਦੇ ਜਿਹੜੇ ਸਿੱਖੀ ਨੂੰ ਪੰਪਦੇ ਆ ਦੇਖ ਨਹੀਂ ਸਕਦੇ ਜੀ। ਇਹ ਤਿੰਨ ਚਾਰ ਚੀਜ਼ਾਂ ਐਸਾ ਮਿਕਸਚਰ ਹੈ ਜਿਹੜੇ ਬੈਕ ਬਿਹਾਈਂਡ ਦਾ ਵਾਲ ਇਹ ਸਾਰਾ ਕੰਮ ਕਰਾਉਂਦੇ ਨੇ ਤੇ ਅੱਗੇ ਦੂਜਿਆਂ ਨੂੰ ਕਰ ਦਿੰਦੇ ਨੇ ਤਾਂ ਕਿ ਗੁਰਮੁਖੋ ਸੰਗਤ ਕੰਫਿਊਜ਼ ਹੋ ਜਾਏ, ਸਿੱਖ ਜਗਤ ਕੰਫਿਊਜ਼ ਹੋ ਜਾਏ। ਇਹ ਸਿੱਖ ਜਗਤ ਨੂੰ ਸੋਚਦਾ ਹੈ ਕਿ ਅੱਜ ਜਸਵੀਰ ਸਿੰਘ ਜੇ ਕੋਈ ਮਾੜੀ ਕਰਤੂਤ ਕਰਦਾ ਔਰ ਮੁੜ ਸਾਹਿਬ ਨੂੰ ਬਾਹਰ ਕੱਢ ਦਿੰਦਾ ਹੈ ਜੀ, ਤੇ ਜਸਵੀਰ ਸਿੰਘ ਸਟੇਜ ਤੇ ਜਾ ਕੇ ਮੁੜ ਸਾਹਿਬ ਦੀ ਨਿੰਦਿਆ ਕਰਨ ਲੱਗ ਪੈਂਦਾ ਤੇ ਪੂਰੇ ਸਿੱਖ ਜਗਤ ਲਈ ਜਸਵੀਰ ਸਿੰਘ ਸਹੀ ਹੈ ਕਿ ਗੁਰਮੁਖੋ ਉਹ ਸੰਸਥਾ ਜਿਹਨੇ ਅੱਜ ਏਡਾ ਵੱਡਾ ਕੰਮ ਕਰਤਾ ਹੈ, ਪੱਧਰ ਤੇ ਲੈ ਗਈ ਸਿੱਖ ਪੰਥ ਨੂੰ, ਚੁੱਕ ਕੇ ਲੈ ਗਈ ਪੰਜਾਬ ਦੇ ਬੱਚਿਆਂ ਨੂੰ, ਬਚਾ ਤਾ ਨਸ਼ੇ ਤੋਂ, ਉਹ ਸੰਸਥਾ ਸਹੀ ਹੈ। ਇਹ ਸਿੱਖ ਜਗਤ ਨੇ ਆਪ ਸਮਝਣਾ ਹੈ। ਇਹ ਭੋਲੇ ਭਾਲੇ ਸਿੱਖਾਂ ਨੂੰ ਬੇਨਤੀ ਕਰੋ ਸਾਡੇ ਵੱਲੋਂ ਕਿ ਗੁਰਮੁਖੋ ਸਾਨੂੰ ਐਜੂਕੇਸ਼ਨ ਦੇ ਉੱਤੇ ਜ਼ੋਰ ਦੇਣਾ ਇਸ ਲਈ ਹੈ ਤਾਂ ਕਿ ਮੁੜ ਕੇ ਸਾਡੇ ਬੱਚੇ ਕੰਫਿਊਜ਼ ਨਾ ਹੋਣ ਇਹਨਾਂ ਗੱਲਾਂ ਦੇ ਵਿੱਚ। ਹੋ ਸਕਦਾ ਮੇਰੇ ਅੰਦਰ ਐਜੂਕੇਸ਼ਨ ਦੀ ਕਮੀ ਰਹਿ ਗਈ ਹੋਵੇ ਤਾਂ ਮੈਂ ਕਿਸੇ ਗੱਲਾਂ ਚ ਆਪ ਕੰਫਿਊਜ਼ ਹੋ ਜਾਵਾਂ, ਪਰ ਜਦ ਸਾਡੇ ਬੱਚੇ ਐਜੂਕੇਟ ਹੋ ਜਾਣਗੇ ਨਾ ਵੀਰ ਜੀ 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 ਤੇ ਫਿਰ ਗੁਰਮੁਖੋ ਇਹੋ ਜਿਹੀਆਂ ਗੱਲਾਂ ਚ ਕੰਫਿਊਜ਼ ਨਹੀਂ ਹੋਣਗੇ। ਭਾਈ ਸਾਹਿਬ, ਬੜੀ ਬੜੀ ਵਧੀਆ ਤੁਸੀਂ ਗੱਲ ਕਹੀ ਕਿ ਇਹ ਸਿੱਖ ਜਗਤ ਨੇ ਦੇਖਣਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਅੱਜ ਇੱਕ ਬੜਾ ਪ੍ਰਚਾਰ ਚੱਲਦਾ ਹੈ ਜੀ, ਬੜਾ ਵਧੀਆ ਤੇ ਬੜਾ ਸੌਖਾ ਤਰੀਕਾ ਲੱਭਿਆ ਸਿੱਖੀ ਨੂੰ ਜਾਂ ਸਿੱਖੀ ਤੇ ਸਵਾਲ ਕਰਨ ਵਾਲਿਆਂ ਨੇ, ਬੜੇ ਸੌਖੇ ਤਰੀਕੇ ਨਾਲ ਕਹਿ ਦਿੰਦੇ ਆ ਜੀ ਇਹ RSS ਦੇ ਬੰਦੇ ਆ ਜੀ, ਇਹ ਸਰਕਾਰੀ ਬੰਦੇ ਆ ਜੀ, ਇਹ ਬੰਦਾ ਜੀ ਇਹ ਸਰਕਾਰੀ ਆ, ਮੇਰੇ ਵਰਗੇ ਨੂੰ ਕਹਿ ਦੇਣਗੇ ਗਰੀਬ ਬੰਦੇ ਨੂੰ ਇਹ ਵਕਾਊ ਆ ਜੀ, ਜਿਹਦੇ ਕੋਲ ਖਾਣ ਨੂੰ ਰੋਟੀ ਨਹੀਂ ਉਹਨੂੰ ਕਹਿਣਗੇ ਜੀ ਇਹ ਸਰਕਾਰ ਤੋਂ ਪੈਸੇ ਲੈ ਲਏ ਇਹਨੇ। ਸੋ ਕੀ ਕਾਰਨ ਸਮਝਦੇ ਹੋ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਤੁਹਾਡੇ ਇੰਨੇ ਕਾਰਜ ਕਰਨ ਤੋਂ ਬਿਨਾਂ ਸੋਰੀ ਬਾਅਦ ਇੰਨੀ ਮਿਹਨਤ ਕਰਨ ਤੋਂ ਬਾਅਦ ਇੰਨੀ ਕਹਿ ਲਓ ਕਿ ਪਿੰਡਾਂ ਪਿੰਡਾਂ ਦੇ ਸਕੂਲਾਂ ਪੜ੍ਹਾਈਆਂ ਕਰਨ ਤੋਂ ਬਾਅਦ ਵੀ ਤੁਹਾਡੇ ਵਰਗੀ ਸੰਸਦਾ ਦੇ ਉੱਤੇ ਲੇਬਲ ਲਾਤਾ ਜਾਂਦਾ, ਬਦਨਾਮ ਕੀਤਾ ਜਾਂਦਾ, ਕੀ ਮਹਿਸੂਸ ਕਰਦੇ ਹੋ? ਕੀ ਕਿਤੇ ਤੁਹਾਡੀ ਪੋਜ਼ਿਟਿਵਿਟੀ ਦੇ ਵਿੱਚ ਕਿਤੇ ਕਿਤੇ ਗਿਰਾਵਟ ਤਾਂ ਨਹੀਂ ਆਉਂਦੀ? ਕਿਤੇ ਇਹ ਤਾਂ ਨਹੀਂ ਸੋਚਦੇ ਕਿ ਯਾਰ ਗਲਤ ਕੰਮ ਕਰ ਲਿਆ, ਸਾਨੂੰ ਠੀਕ ਸੀ, ਅਸੀਂ ਵੀ ਰੱਬ ਵਾਲੇ ਬੰਨੇ ਲੱਗੇ ਰਹਿੰਦੇ, ਰੱਬ ਰੱਬ ਕਰਦੇ, ਕਿਉਂ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ? ਅੱਜ ਜਿਹੜਾ ਵਾਰ ਵਾਰ ਤੁਹਾਡੇ ਉੱਤੇ ਐਲੀਗੇਸ਼ਨ ਲਾਗਦੇ ਨੇ, ਇਹ ਕਿਹਾ ਜਾਂਦਾ ਜੀ ਇਹ RSS ਦੇ ਏਜੰਡੇ ਨੂੰ ਪ੍ਰਮੋਟ ਕਰਦੇ ਨੇ, ਇਹੋ ਜਿਹੀਆਂ ਬੜੀਆਂ ਗੱਲਾਂ ਕਹੀਆਂ ਜਾਂਦੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਮਹਿਸੂਸ ਕਰਦੇ ਹੋ? ਗੁਰਸੇਵਕ ਜੀ, ਮੈਂ ਫਿਰ ਰਵਿੰਦਰਪਾਲ ਸਿੰਘ ਬੋਲ ਰਿਹਾ ਜੀ। ਜੀ ਰਵਿੰਦਰਪਾਲ ਜੀ, ਜੀ ਹਾਂਜੀ, ਪਹਿਲੀ ਗੱਲ ਤਾਂ 30 ਸਾਲਾਂ ਦੇ ਵਿੱਚ ਸੰਸਥਾ ਇਤਨੀ ਰੈਪਿਡਲੀ ਗਰੋ ਕਰ ਗਈ ਜੀ, 129 ਸਕੂਲ ਤੇ 3 ਯੂਨੀਵਰਸਿਟੀਆਂ, ਸਿੱਖਾਂ ਦੀ ਪਹਿਲੀ ਆਨਲਾਈਨ ਯੂਨੀਵਰਸਿਟੀ ਵੀ ਹੁਣ ਅਪ ਐਂਡ ਰਨਿੰਗ ਹੋ ਜਾਏਗੀ ਇਹਨਾਂ ਦਾ ਦੁਬਾਨ ਬੰਦ। ਬਹੁਤ ਖੂਬ ਜੀ। ਇਹ ਕਈ ਕਈ ਮਤਲਬ ਸ਼ਖਸੀਅਤਾਂ ਨੂੰ ਭਾਂਦੀ ਨੀ ਇਹ ਗੱਲ ਜੀ, ਇਹ ਕਿਸ ਤਰ੍ਹਾਂ ਮੂਵ ਕਰ ਰਹੇ ਨੇ, ਇਤਨੀ ਫਾਸਟ ਕਿਉਂ ਗਰੋ ਕਰ ਰਹੇ ਨੇ ਜੀ। ਦੂਜੀ ਗੱਲ ਇਹ ਆ ਜਾਂਦੀ ਹੈਗੀ ਹੈ, ਜਦ ਤੁਹਾਡਾ ਫੁੱਟਪ੍ਰਿੰਟ ਇੰਨਾ ਵਾਈਡ ਐਂਡ ਵਰਾਈਡ ਹੋ ਜਾਂਦਾ ਹੈਗਾ, 5 ਸਟੇਟਸ, 33 ਡਿਸਟ੍ਰਿਕਟਸ ਦੇ ਅਕ੍ਰੋਸ, ਲਗਭਗ 6,450 ਪਿੰਡਾਂ ਨੂੰ ਜਦ ਤੁਸੀਂ ਕਵਰ ਕਰਦੇ ਹੋ, ਤੇ ਇੱਕ ਗੱਲ ਤੇ ਮੰਨਣੀ ਪੈਗੀ ਸਾਨੂੰ, ਆਪਣੇ ਆਪ ਨੂੰ ਐਕਸੈਪਟ ਕਰਨਾ ਪੈ ਗਿਆ ਕਿ ਅਸੀਂ ਸਾਰੇ ਇੰਕਲੂਡਿੰਗ ਯੂ ਐਂਡ ਮੀ ਭੁੱਲਣ ਹਾਰ ਗਏ ਹਾਂ, ਔਰ ਇਹ ਤਾਂ ਗੁਰੂ ਇਜ਼ ਪਰਫੈਕਟ, ਅਸੀਂ ਪਰਫੈਕਟ ਹੈ ਨਹੀਂ ਜੀ ਜੀ, ਠੀਕ ਹੈ ਜੀ। ਜਦ ਇੰਨਾ ਫੁੱਟਪ੍ਰਿੰਟ ਤੁਹਾਡਾ ਵਾਈਡ ਹੋ ਜਾਂਦਾ ਨਾ, ਤੇ ਉਸਦੇ ਵਿੱਚ ਕੁਛ ਨਾ ਕੁਛ ਸੈਂਪਲ ਸਾਈਜ਼ ਐਸਾ ਹੁੰਦਾ, 1% 2% ਦਾ, ਜਿਹੜਾ ਤੁਹਾਡੇ ਤੋਂ ਕਿਸੇ ਨਾ ਕਿਸੇ ਕਾਰਨਾਂ ਕਰਕੇ ਨਾ ਖੁਸ਼ ਹੁੰਦੇ ਨੇ ਜੀ। ਉਸਦੇ ਵਿੱਚ ਕਈ ਜਗ੍ਹਾ ਸਾਡੀ ਵੀ ਗਲਤੀ ਹੁੰਦੀ ਹੈ ਤੇ ਕਈ ਜਗ੍ਹਾ ਉਹਨਾਂ ਦੀ ਸੋਚ ਦੀ ਬੜੀ ਗਲਤ ਹੁੰਦਾ ਹੈ, ਜਿਸ ਕਰਕੇ ਉਹ ਆਪਣੀ ਈਗੋ ਵਾਲੀ ਸੋਚ ਨਾਲ, ਆਪਣੀ ਸੈਲਫਿਸ਼ ਅਪਰੋਚ ਨਾਲ ਉਸ ਗੱਲ ਨੂੰ ਗਲਤ ਠਹਿਰਾ ਦਿੰਦੇ ਨੇ ਜੀ। ਜੀ ਪ੍ਰੋਬਲਮ ਹੈਗੀ ਹੈ ਸਾਡੇ ਸਮਾਜ ਦੀ, ਔਰ ਖਾਸ ਕਰਕੇ ਸਿੱਖ ਸਮਾਜ ਦੀ ਜੀ, ਮਾਫ ਕਰਨਾ ਮੈਂ ਵਰਡ ਯੂਜ਼ ਕਰਾਂਗਾ, ਅਸੀਂ ਸੋਸ਼ਲ ਮੀਡੀਆ ਦੇ ਵਾਰੀਅਰਸ ਬਣ ਚੁੱਕੇ ਹਾਂ ਜੀ। ਪੁਰਾਣੇ ਅਸੀਂ ਕਿਰਪਾਨਾਂ ਤੇ ਗੱਤਕੇ ਛੱਡ ਕੇ ਕਿ ਆਪਾਂ ਗੱਤਕਾ ਖੇਡਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ, ਵਟਸਐਪ ਖੇਡ ਲੈਂਦੇ ਹਾਂ ਜਾਂ ਫੇਸਬੁੱਕ ਖੇਡ ਲੈਂਦੇ ਹਾਂ ਜੀ ਜੀ ਜੀ। ਇਹ ਸਾਡੀ ਸਭ ਤੋਂ ਵੱਡੀ ਇੱਕ ਗਿਰਾਵਟ ਆਈ ਹੈ ਸਿੱਖ ਸਮਾਜ ਦੀ, ਜਿੱਥੇ ਅਸੀਂ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਖੜੇ ਕਰਕੇ ਉਹਨਾਂ ਦਾ ਚੀਰ ਹਰਨ ਕਰ ਦਿੰਦੇ ਹਾਂ, ਉਹਨਾਂ ਦੀ
ਕਰੈਕਟਰ ਅਸੈਸੀਨੇਸ਼ਨ ਕਰ ਦਿੰਦੇ ਆ ਵਿਦਆਊਟ ਈਵਨ ਐਕਸਪੈਕਟਿੰਗ ਐਨ ਆਨਸਰ ਫਰਮ ਦੈਮ ਜੀ ਵਿਦ ਪ੍ਰੀ ਫਾਰਮਡ ਓਪੀਨੀਅਨ ਜੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਘਾਟ ਹੈਗੀ ਹੈ ਮੇਰੀ ਗਰੋਥ ਜਿਹੜੀ ਗੱਲ ਕੀਤੀ ਮੈਂ ਤੁਹਾਨੂੰ ਔਰ ਜਿਹੜੀ ਮੈਂ ਗਰੀਬ ਬੱਚਿਆਂ ਵਾਲਾ ਤੁਹਾਨੂੰ ਜਵਾਬ ਦਿੱਤਾ ਉਸਦੇ ਵਿੱਚ ਮੈਂ ਇੱਕ ਇੰਪੋਰਟੈਂਟ ਪੁਆਇੰਟ ਦੱਸਦਾ ਗਾ ਤੁਹਾਡੇ ਮਨ ਵਿੱਚ ਵੀ ਇਹ ਜਾਏਗਾ ਕਿ ਕਿਹੜੀ ਖਾਸ ਚੀਜ਼ ਹੈਗੀ ਹੈ ਸੰਸਥਾ ਦੇ ਵਿੱਚ 30 ਸਾਲਾਂ ਜਿੰਨਾ ਗਰੋ ਕਰ ਗਈ ਜੀ ਮੈਂ ਦੱਸ ਦਿੰਦਾ ਵਾ ਸੰਤ ਤੇਜਾ ਸਿੰਘ ਮਹਾਰਾਜ ਏ ਐਮ ਹਾਵਰਡ ਸਨ ਗੋਲਡ ਮੈਡਲਿਸਟ ਸਨ ਪੰਜਾਬ ਯੂਨੀਵਰਸਿਟੀ ਤੋਂ ਜੀ ਉਹਨਾਂ ਨੇ ਇੱਕ ਸਿੰਗਲ ਲਾਈਨ ਡਿਕਟੇਟ ਦਿੱਤਾ ਹੋਇਆ ਸੀ ਮੈਨੇਜਮੈਂਟ ਨੂੰ ਟਰਸਟੀਆਂ ਨੂੰ ਉਸ ਜ਼ਮਾਨੇ ਦੇ ਵਿੱਚ ਮੈਂ ਆਪ ਹੈਰਾਨ ਹੋ ਜਾਂਦਾ ਵਾ 1963 ਦੇ ਵਿੱਚ ਜਦ ਉਹਨਾਂ ਨੇ ਇਹ ਗੱਲ ਕੀਤੀ ਸੀ ਜਿੰਨਾ ਡੋਨੇਸ਼ਨ ਦਾ ਪੈਸਾ ਆਏਗਾ ਦੈਟ ਵਿਲ ਬੀ ਯੂਜ਼ਡ ਫਾਰ ਕੈਪੀਟਲ ਐਕਸਪੈਂਡੀਚਰ ਐਂਡ ਨਾਟ ਫਾਰ ਓਪਰੇਸ਼ਨਲ ਐਕਸਪੈਂਸਿਸ ਜੀ ਅੱਜ ਸਾਨੂੰ ਮੈਨੇਜਮੈਂਟ ਦੇ ਜਦ ਬੱਚੇ ਆਉਂਦੇ ਨਾ ਸਾਡੇ ਕੋਲ ਇੰਟਰਨਸ਼ਿਪ ਕਰਨ ਵਾਸਤੇ ਉਹ ਸਾਨੂੰ ਦੱਸਦੇ ਨੇ ਕਿ ਦਿਸ ਇਜ਼ ਵਨ ਸਿੰਗਲ ਲਾਈਨ ਵਿਚ ਇਜ਼ ਰਿਸਪੋਨਸੀਬਲ ਫਾਰ ਦਾ ਸਕਸੈਸ ਆਫ ਦਿਸ ਆਰਗਨਾਈਜੇਸ਼ਨ ਫਰੋਮ ਅ 5 ਸਟੂਡੈਂਟ ਆਰਗਨਾਈਜੇਸ਼ਨ ਟੂ ਅ 70,000 ਸਟੂਡੈਂਟ ਆਰਗਨਾਈਜੇਸ਼ਨ ਜੀ 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 ਠੀਕ ਹੈ ਜੀ ਕੈਪੀਟਲ ਐਕਸਪੈਂਡੀਚਰ ਤੇ ਖਰਚਾ ਕਰਨਾ ਹੈ ਉਹਦਾ ਮਤਲਬ ਇਹ ਹੈ ਕਿ ਇੱਟਾਂ ਰੋੜਾ ਰੋੜੀ ਸਰੀਏ ਸੀਮਟ ਅਜੇ ਬਜਰੀ ਉੱਤੇ ਖਰਚ ਕਰਨਾ ਹੈ ਨਾ ਕਿ ਤਨਖਾਹਾਂ ਦੇਣ ਵਾਸਤੇ ਨਾ ਕਿ ਸਕੂਲ ਨੂੰ ਚਲਾਉਣ ਵਾਸਤੇ ਸਕੂਲ ਉਹਨਾਂ ਦੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਸਕੂਲ ਹੈਵ ਟੂ ਬੀ ਸੈਲਫ ਸਸਟੇਨੇਬਲ ਖੁਦ ਚੱਲਣ ਆਪਣੇ ਫੀਸਾਂ ਦੇ ਜ਼ਰੀਏ ਅਗਰ 20% ਬੱਚਾ 15% ਬੱਚਾ ਫ੍ਰੀ ਪੜ੍ਹਦਾ ਜਾਂ ਸਬਸਿਡਾਈਜ਼ ਪੜ੍ਹਦਾ ਤੇ ਬਾਕੀ ਦਾ 85-80% ਬੱਚਾ ਉਹਨੂੰ ਪੇ ਕਰੇਗਾ ਬਾਹਰੋਂ ਡੋਨੇਸ਼ਨ ਲਿਆ ਕੇ ਤੇ ਪੜ੍ਹਾਈ ਤੇ ਖਰਚ ਨਹੀਂ ਹੋਏਗਾ ਸਿਰਫ ਬਿਲਡਿੰਗ ਬਣਾਉਣ ਵਾਸਤੇ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਖਰਚ ਹੋਏਗਾ ਭਾਈ ਰਵਿੰਦਰ ਸਿੰਘ ਜੀ ਆਪਣੇ ਆਪ ਦੇ ਵਿੱਚ ਜੀ ਭਾਈ ਸਾਹਿਬ ਇੱਥੇ ਇੱਕ ਸਵਾਲ ਹੋਰ ਜੁੜਦਾ ਜਿਹੜਾ ਤੁਸੀਂ ਕਹਿ ਕੇ ਜੀ 15% ਬੱਚਾ ਫ੍ਰੀ ਪੜੇਗਾ ਔਰ 85% ਬੱਚਾ ਪੇ ਕਰੇਗਾ ਕਿਤੇ 15% ਬੱਚੇ ਦਾ ਭਾਰ ਵੀ ਤਾਂ ਉਹਨਾਂ 85% ਤੇ ਨਹੀਂ ਪੈ ਜਾਂਦਾ ਐਗਜ਼ੈਕਟਲੀ ਪੈਂਦਾ ਹੈ ਜੀ ਜੀ ਸੋ ਤੁਸੀਂ ਮੰਨਦੇ ਹੋ ਕਿ ਉਹ ਬੱਚਿਆਂ ਨੂੰ ਭਾਰ ਝੱਲਣਾ ਪੈਂਦਾ ਹਾਂ ਜੀ ਉਹਦਾ ਕਾਰਨ ਹੈ ਜੀ ਕਿਉਂਕਿ ਸਮਾਜ ਹੈਵਸ ਔਰ ਹੈਵ ਨੋਟਸ ਨਾਲ ਭਰਿਆ ਹੋਇਆ ਹੈ ਜੀ ਜਿੰਨੀ ਵੀ ਸਰਕਾਰ ਦੀ ਜਾਂ ਸਾਡੀਆਂ ਸਕੀਮਾਂ ਚੱਲ ਰਹੀਆਂ ਹੁੰਦੀਆਂ ਜਾਂ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ ਇਹ ਹੁੰਦੇ ਨੇ ਕਿ ਜਿਹਦੇ ਕੋਲ ਨਹੀਂ ਹੈ ਔਰ ਜਿਸਦੇ ਕੋਲ ਹੈ ਉਹਦੇ ਵਿੱਚ ਬ੍ਰਿਜ ਪਾਉਣ ਕਰਕੇ ਉਹਨਾਂ ਦਾ ਪੈਸਾ ਉਹਨਾਂ ਕੋਲ ਪਹੁੰਚਾਇਆ ਜਾਏ ਇਹ ਤਰੀਕਾ ਹੁੰਦਾ ਹੈਗਾ ਦੇਰ ਇਜ਼ ਨਥਿੰਗ ਰੋਂਗ ਇਨ ਦਿਸ ਐਵਰੀ ਸੋਸ਼ੀਓਲੋਜੀਕਲ ਐਕਸਪੈਰੀਮੈਂਟ ਵਿਲ ਟੈਲ ਅਸ ਹਿਸਟਰੀ ਵੀ ਖੋਲ ਕੇ ਦੇਖ ਲਈਏ ਕਿ ਇਸ ਤਰ੍ਹਾਂ ਹੀ ਸਮਾਜ ਇਸ ਤਰ੍ਹਾਂ ਚੱਲਦਾ ਆਇਆ ਹੈਗਾ ਜਿਹਦੇ ਕੋਲ ਬਥੇਰਾ ਪੈਸਾ ਹੈਗਾ ਉਸਦੇ ਕੋਲੋਂ 10% 15% ਪ੍ਰੋਫਿਟ ਦੇ ਰੂਪ ਵਿੱਚ ਪੈਸਾ ਲਿੱਤਾ ਜਾਵੇ ਤੇ ਜਿਹਦੇ ਕੋਲ ਗਰੀਬ ਕੋਲ ਨਹੀਂ ਹੈ ਉਹਦੇ ਝੋਲੀ ਪਾ ਕੇ ਉਹਨੂੰ ਪੜਾ ਦਿੱਤਾ ਜਾਵੇ ਜੀ ਜੀ ਇਹ ਤਾਂ ਸਮਾਜ ਦੀ ਸੇਵਾ ਹੁੰਦੀ ਹੈ ਦਿਸ ਇਜ਼ ਸੋਸ਼ਲ ਵੈਲਫੇਅਰ ਜੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਤੁਸੀਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਔਰ ਮੈਂ ਸਮਝਦਾ ਕਿ ਇਹ ਗੱਲ ਉਹਨਾਂ ਵੀਰਾਂ ਤੱਕ ਪਹੁੰਚ ਗਈ ਹੋਊਗੀ ਜਿਹੜੇ ਕਹਿੰਦੇ ਨੇ ਕਿ ਜੀ ਸਕੂਲ ਦੀਆਂ ਫੀਸਾਂ ਜ਼ਿਆਦਾ ਨੇ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਉਹਦਾ ਕਾਰਨ ਇਹ ਹੈ ਕਿ ਅਗਰ ਅਸੀਂ ਬੱਚੇ ਅਕੋਮੋਡੇਟ ਕਰਨੇ ਆ ਔਰ ਉਹਨਾਂ ਦੀ ਸੰਸਥਾ ਦਾ ਇੱਕ ਮੋਟਿਵ ਹੈ ਕਿ ਜਿਹੜੀ ਵੀ ਡੋਨੇਸ਼ਨ ਹੈ ਜਿਹੜਾ ਸੰਗਤਾਂ ਦਾ ਪੈਸਾ ਉਹ ਕੈਪੀਟਲ ਇਨਵੈਸਟਮੈਂਟ ਵਿੱਚ ਜਾਂਦਾ ਔਰ ਜਿਹੜੀ ਕੈਪੀਟਲ ਇਨਵੈਸਟਮੈਂਟ ਤੋਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਸਕੂਲ ਨੂੰ ਐਕਸਪੈਂਡ ਕਿਵੇਂ ਕਰਨਾ ਹੈ ਸਕੂਲ ਦੀ ਬਿਲਡਿੰਗ ਕਿਵੇਂ ਬਣਾਉਣੀ ਆ ਹੋਰ ਨਵੇਂ ਸਕੂਲ ਕਿਵੇਂ ਬਣਾਉਣੇ ਆ ਔਰ ਜਿਹੜੀ ਚਲਾਉਣੇ ਆ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਉਹ ਸਕੂਲ ਦੇ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਹੀ ਚੱਲਦੀ ਹੈ ਭਾਈ ਰਵਿੰਦਰ ਸਿੰਘ ਜੀ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਆ ਜਿਹੜੇ ਮੇਨ ਮੇਨ ਸਵਾਲ ਸੀਗੇ ਸੰਗਤਾਂ ਦੇ ਵੀ ਔਰ ਉਹ ਵੀ ਤੁਸੀਂ ਕਲੀਅਰ ਕੀਤੇ ਆ ਇੱਥੇ ਹੁਣ ਕੁਛ ਕੁ ਮੇਰੇ ਪਰਸਨਲ ਇੱਕ ਦੋ ਚੀਜ਼ਾਂ ਨੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਦੁਨੀਆ ਦਾ ਕੋਈ ਮੈਂ ਖੁਦ ਸਕੂਲਾਂ ਕਾਲਜਸ ਦੇ ਵਿੱਚ ਪੜ੍ਹਿਆ ਹੋਇਆ ਔਰ ਸਾਰਿਆਂ ਸਕੂਲਾਂ ਦੇ ਵਿੱਚ ਕਾਲਜਸ ਦੇ ਵਿੱਚ ਜਿੱਥੇ ਟੌਪਰ ਬੱਚੇ ਹੁੰਦੇ ਨੇ ਉੱਥੇ ਨਲਾਇਕ ਵੀ ਹੁੰਦੇ ਨੇ ਭਾਈ ਸਾਹਿਬ ਇਹ ਗੱਲ ਤੁਸੀਂ ਮੰਨਦੇ ਹੋ ਬਿਲਕੁਲ ਤੇ ਉਹਨਾਂ ਹੀ ਸਕੂਲਾਂ ਦੇ ਬੱਚੇ ਡਾਕਟਰ ਬਣਦੇ ਨੇ ਤੇ ਉਹਨਾਂ ਹੀ ਸਕੂਲਾਂ ਦੇ ਬੱਚੇ ਰਕਸ਼ਾ ਵੀ ਚਲਾਉਂਦੇ ਨੇ ਬਿਲਕੁਲ ਠੀਕ ਹੈ ਪਰ ਤੁਹਾਡੇ ਸਕੂਲ ਦੇ ਹੀ ਇਸ ਗੱਲ ਨੂੰ ਲੈ ਕੇ ਇੰਨਾ ਪ੍ਰਮੋਟ ਤੁਸੀਂ ਦੱਸਿਆ ਤੇ ਹੈ ਬਹੁਤ ਕੁਛ ਪਰ ਕੀ ਕਾਰਨ ਹੈ ਕਿ ਬਾਰ ਬਾਰ ਬੜੂ ਸਾਹਿਬ ਅਕੈਡਮੀ ਉੱਤੇ ਲਿਆ ਕੇ ਹੀ ਗੱਲ ਖੜੀ ਕਰ ਦਿੱਤੀ ਜਾਂਦੀ ਹੈ ਕਿ ਜੀ ਉੱਥੋਂ ਦੀ ਜੇ ਉਹਨਾਂ ਨੂੰ ਕੋਈ ਹੋਰ ਨਹੀਂ ਲੱਭਦਾ ਤੇ ਉਹ ਮੈਨੇਜਮੈਂਟ ਉੱਤੇ ਜਿਹੜਾ ਮੈਂ ਪਹਿਲਾਂ ਸਵਾਲ ਕੀਤਾ ਸੀ ਕਿ ਉਹਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਕੀ ਕਾਰਨ ਹੈ ਕਿਉਂ ਇਹ ਬਾਰ ਬਾਰ ਇਸ ਤਰ੍ਹਾਂ ਹੁੰਦਾ ਹੈ ਔਰ ਇਹਦੀ ਅਸਲੀਅਤ ਕੀ ਆ ਉਹ ਜ਼ਰੂਰ ਸੰਗਤਾਂ ਨੂੰ ਦੱਸੋ ਜਸਬੀਰ ਵੀਰ ਜੀ ਨੇ ਰਵਿੰਦਰ ਪਾਲ ਸਿੰਘ ਜੀ ਨੇ ਆਪ ਨੂੰ ਸਾਰਾ ਦੱਸਿਆ ਜੀ
कि मैं एक आईटी सेक्टर तो बिलोंग करता, मैं 14 इयर्स आईटी इंडस्ट्री जॉब की थी। जी शायद ही दुनिया की कोई बड़ी कंपनी होगी जो मेरे क्लाइंट ना रही हो। जी तो मेरा इस मिशन ना जुड़न का सिर्फ मकसद है सी, मैं 4 साल पहला अपनी जॉब नु छोड़ के इस मिशन ना जुड़िया। जी और मेरा जुड़न का सिर्फ मिशन है सी कि संगत नु या मेरे अपने जीवन च ऐसी समझ आए कि आप दुनिया च आए क्यों हैं। जी हुण अगर सी सारे सोशल मीडिया ते हैगे हां, फेसबुक ते हैगे हां, सो एवरी डे व्हेन यू ओपन अप अ फेसबुक, तुसी जब भी फेसबुक खोलदे हो ते तुहानू किसी ना किसी संस्था की निंदा मिलती है। ते जदों निंदा मिलती है आपां की करदे आ, हुण तुसी हो गुरसेवक सिंह, मैं हरमीत सिंह जी, जे मेरे और तुहाडे थॉट प्रोसेस नहीं मिल रहे जी, तुसी सिख संगत नूं एक मिनट विच ऐ कह सकदे हो कि हरमीत सिंह आरएसएस दा बंदा है ते मैनूं डीपेंड कर सकदे हो जी, विदाउट एनी प्रूफ, विदाउट एनी लाइक डॉक्यूमेंट विच सेज दैट आई एम एन आरएसएस गाय, यू कैन प्रूव मी कि ऐ बंदा आरएसएस दा हैगा, दिखा सकदे हो क्योंकि तुहाडे कोल फेसबुक हैगा, सोशल मीडिया हैगा। बिलकुल जे अज आजाद चैनल जिसमें सा रेडियो टेलीकास्ट कर रहे हो, जे कई लोगों नू तुहाडा सा रेडियो शो पसंद नहीं आएगा, वो हो सकता है तुहाडे उपर भी इल्जाम लगा सकते हैं। जी जी सो पॉइंट ए है कि असी इस चीज नू अंडरस्टैंड करिए कि अपा फेसबुक नू यूज करना सी प्रचार वास्ते, सोशल मीडिया नू यूज करना सी प्रचार वास्ते, एक दूजे दी भरा नू संभालण वास्ते, पर अपा सोशल मीडिया कर रहे एक चीज नू थले लगाण वास्ते, क्योंकि वो कहंदे ना सिख सिख नू ना मारे या कौम कदे ना हारे, असी उस स्टेज तक पहुंच चुके हैं। जिदे अंदर बच्चे ने रहना भी उत्थे है, खाना भी उत्थे है, सब कुछ उत्थे ही करना है, सिर्फ छुट्टियां च अपने घर जाना है। हर बंदे को ना गूगल है, फेसबुक है, तुसी पूरे इंडिया का कोई भी रेजिडेंशियल स्कूल खोल लो जी, उदी फीस पर बड़ू साहब की फीस कंपेयर कर लो जी। यह पहला सिख स्कूल है वीर जी जिसनू आईबी एक्रीडिटेशन मिली है जी, हर स्कूल सीबीएसई पैटर्न पे चल रहे, यह पहला सिख स्कूल है जिन्हों आईबी एक्रीडिटेशन मिली है। आईबी स्कूल की दिल्ली के स्कूल की फीस जिसके अंदर बच्चे ने शामी अपने घर जाने जाना है उसनू भी कंपेयर कर लो, तो बड़ू साहब के रेजिडेंशियल स्कूल की फीस नू कंपेयर कर लो, आंसर सिख संगत के सामने अपने आप आ जाएगा जी। रही बाकी 129 स्कूलों की गल जिहड़े कि पिंडां स्कूल हैगे ने जी, ठीक है, वो पिंडां स्कूलों की जिहड़ी फीस हैगी है जे तुसी किसी भी अकैडमी ते जाके चेक कर सकते हो, जिहड़ी साल की फीस हैगी जी, इट इज नॉट मोर दैन 25,000, इट स्टार्ट फ्रॉम 15,000 टू 25,000 साल की फीस। सो हुण जे वो कैलकुलेट किया जाए, हुण होंदा की है वीर जी, इट इज वेरी ईजी फॉर मी टू से कि असी 129 स्कूल खोलते, ਤੁਹਾਡੇ ਲਈ ਜਾਂ ਸੰਗਤ ਲਈ ਸੁਣ ਲਿਆ 129 ਸਕੂਲ ਖੁੱਲ ਗਏ, ਬਟ ਜਿਹੜੀ ਸਾਨੂੰ ਡੇ ਟੂ ਡੇ ਪ੍ਰੋਬਲਮ ਐਕਟੀਵਿਟੀਜ਼ ਆਉਂਦੀਆਂ। ਹੁਣ ਮੈਂ ਤੁਹਾਨੂੰ ਦੱਸਦਾ, ਬਿਕੋਜ਼ ਮੈਂ ਆਈਟੀ ਦਾ ਰਿਹਾ, ਅਸੀਂ ERP ਸੋਫਟਵੇਅਰ ਇੰਪਲੀਮੈਂਟ ਕਰਨਾ ਸੀ ਤਾਂ ਕਿ ਸਾਰਾ ਫੀਸ ਮੈਨੇਜਮੈਂਟ ਸਾਡਾ ਆਈਟੀ ਇਨੇਬਲਡ ਹੋ ਜਾਏ ਸਾਰੇ ਸਕੂਲਾਂ ਦੇ ਅੰਦਰ। ਤੇ ਜਦ ਅਸੀਂ ਉਸ ਨੂੰ ਜਦ ਅਸੀਂ ਇੰਪਲੀਮੈਂਟ ਕਰ ਰਹੇ ਸੀ ਡਿਊਰਿੰਗ ਦੈਟ ਕੋਰਸ, ਸਾਨੂੰ ਇਹ ਪਤਾ ਚੱਲਿਆ ਕਿ ਦੇਰ ਆਰ ਮੈਨੀ ਸਟੇਟਸ ਇਨ ਦਾ ਅਕੈਡਮੀ ਜਿਹੜੇ ਕਿ ਆਪਣੀ ਫੀਸ ਹੀ ਪ੍ਰੋਪਰ ਨਹੀਂ ਦਿੰਦੇ, ਉਹ ਜਾਂ ਤਾਂ ਕਿਸੇ ਸਰਪੰਚ ਤੋਂ ਜਾਂ ਕਿਸੇ ਵੱਡੇ ਬੰਦੇ ਤੋਂ ਪਿੰਡ ਦੇ ਲਿਖਾ ਕੇ ਲਿਆਉਂਦੇ ਕਿ ਇਸ ਬੱਚੇ ਦੇ ਘਰ ਦੇ ਪ੍ਰੋਬਲਮ ਹੈ, ਇਹਨੂੰ ਫੀਸ ਮਾਫ਼ ਕਰ ਦਿੱਤੀ ਜਾਏ। ਜਿਹੜੇ ਫ੍ਰੀ ਪੜ ਰਹੇ ਨੇ ਉਹ ਤੇ ਫ੍ਰੀ ਪੜ ਹੀ ਰਹੇ ਨੇ, ਪਰ ਫੀਸ ਵੀ ਜਿਹੜੀ ਸਾਨੂੰ ਹੈ ਉਹ ਪ੍ਰੋਪਰ ਟਾਈਮ ਸਿਰ ਨਹੀਂ ਮਿਲ ਰਹੀ। ਸੋ ਅਸੀਂ ਇਹ ਡੇ ਟੂ ਡੇ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਨਾ ਸਿੱਖ ਪੰਥ ਦਾ ਕੰਮ ਹੈਗਾ, ਕਿਉਂਕਿ ਕਮੀਆਂ ਤੇ ਵੀਰ ਜੀ ਲਾਈਕ ਤੁਹਾਡੇ ਅੰਦਰ ਵੀ ਹੋਣਗੀਆਂ, ਮੇਰੇ ਅੰਦਰ ਵੀ ਹੋਣਗੀਆਂ, ਮੇਰੇ ਚ ਤਾਂ ਪਤਾ ਨਹੀਂ ਕਿੰਨੀ ਹੈਗਾ, ਠੀਕ ਹੈ ਜੀ। ਉਹ ਜਿਹੜਾ ਜਿਹੜਾ ਸਿੱਖ ਸਾਡਾ ਯੂਥ ਹੈਗਾ ਨਾ, ਉਹਨੂੰ ਸਿਰਫ ਇੱਕ ਹੁਣ ਉਹ ਹੁੰਦਾ ਕੀ ਹੈ ਕਿ ਜੇ ਮੈਂ ਅੱਜ ਤੁਹਾਨੂੰ ਕੋਈ ਵੀ ਵੀਡੀਓ ਜਾਂ ਕੋਈ ਵੀ ਵਟਸਐਪ ਕਰਾਂ ਜੀ ਵਿਦਆਊਟ ਅੰਡਰਸਟੈਂਡਿੰਗ ਕਿ ਉਹਦਾ ਕੀ ਨੁਕਸਾਨ ਹੋਣਾ ਹੈ, ਅਸੀਂ ਉਸਨੂੰ 50 ਗਰੁੱਪ ਦੇ ਅੰਦਰ ਉਹਨੂੰ ਫਾਰਵਰਡ ਕਰ ਦਿੰਦੇ ਹਾਂ। ਭਾਈ ਸਾਹਿਬ ਤੁਸੀਂ ਇਹ ਗੱਲ ਨੂੰ ਕਲੀਅਰ ਕਰ ਦਿੱਤਾ ਕਿ ਕਾਰਨ ਕੀ ਹੈ ਕਿ ਕਿਸ ਤਰ੍ਹਾਂ ਇਹ ਚੀਜ਼ ਫੈਲ ਰਹੀ ਆ ਜਾਂ ਕਿਸ ਤਰ੍ਹਾਂ ਇਹ ਹੋ ਰਿਹਾ, ਔਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਰਐਸਐਸ ਵਾਲੀ ਗੱਲ ਨੂੰ ਵੀ ਕਲੀਅਰ ਕੀਤਾ ਔਰ ਫੀਸ ਵਾਲੀ ਗੱਲ ਨੂੰ ਵੀ ਕਲੀਅਰ ਕੀਤਾ, ਕਿਉਂਕਿ ਜੀ ਸਾਡਾ ਜਿਹੜਾ ਪ੍ਰੋਗਰਾਮ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਇੱਕ ਐਗਜ਼ਾਮਪਲ ਇੱਥੇ ਕਲੀਅਰ ਕਰਨਾ ਚਾਹਾਂਗਾ, ਕਿਉਂਕਿ ਹੁਣੇ ਫੇਸਬੁੱਕ ਤੇ ਕੁਛ ਬਾਬਾ ਜੀ ਦੇ ਖਿਲਾਫ਼ ਫੋਟੋ ਪਾ ਕੇ ਦਿਖਾਇਆ ਗਿਆ ਜੀ ਕਿ ਬਾਬਾ ਜੀ ਆਰਐਸਐਸ ਦੇ ਹੈਗੇ ਨੇ ਜਾਂ ਇਸ ਤਰ੍ਹਾਂ ਸੰਸਥਾ ਆਰਐਸਐਸ ਨਾਲ ਜੁੜੀ ਹੋਈ ਹੈ ਜੀ, ਠੀਕ ਹੈ। ਹੁਣ ਮੈਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਨੇ ਨੀਂਹ ਪੱਥਰ ਰੱਖਿਆ ਹੈ ਕਿਸੇ ਨਿਊ ਜਰਸੀ ਦੇ ਅੰਦਰ ਕਿਸੇ ਮੰਦਿਰ ਦਾ ਜੀ, ਤੇ ਉਹ ਆਰਐਸਐਸ ਦੇ ਬੰਦੇ ਨੇ, ਠੀਕ ਹੈ। ਮੈਂ ਉਸਨੂੰ ਸਿਰਫ ਇਹੀ ਜਵਾਬ ਪੁੱਛਿਆ, ਇਹੀ ਸਵਾਲ ਪੁੱਛਿਆ ਕਿ ਜੇ ਤੁਹਾਡੇ ਵਰਗੇ ਸਿੱਖ ਗੁਰੂ ਸਾਹਿਬ ਦੇ ਸਮੇਂ ਹੁੰਦੇ ਤੇ ਤੁਸੀਂ ਗੁਰੂ ਸਾਹਿਬ ਨੂੰ ਵੀ ਸਵਾਲ ਪਾ ਦੇਣਾ ਸੀ ਕਿ ਹਰਿਮੰਦਰ ਸਾਹਿਬ ਜੀ ਦੇ ਜਿਹੜਾ ਨੀਂਹ ਪੱਥਰ ਹੈ ਉਹ ਇੱਕ ਮੁਸਲਿਮ ਫਕੀਰ ਤੋਂ ਕਿਉਂ ਰਖਵਾਇਆ ਗਿਆ। ਤੋ
ਪੁਆਇੰਟ ਵੀਰ ਜੀ ਸਿਰਫ ਅੰਡਰਸਟੈਂਡਿੰਗ ਦਾ ਇਹੀ ਹੈਗਾ ਹੈ ਕਿ ਅਸੀਂ ਕਿਸ ਜਗ੍ਹਾ ਤੇ ਖੜੇ ਹਾਂ ਤੇ ਆਪਾਂ ਕਿਵੇਂ ਜੱਜ ਕਰਨਾ ਇੱਕ ਸੰਸਥਾ ਨੂੰ। ਹੁਣ ਸੰਸਥਾ ਦੇ ਅੰਦਰ ਵੀ ਕਮੀਆਂ ਹੋਣਗੀਆਂ, ਅਸੀਂ ਇਹ ਨੀ ਕਹਿ ਰਹੇ ਕਿ ਸੰਸਥਾ ਦੇ ਅੰਦਰ ਕਮੀਆਂ ਨਹੀਂ ਹੈਗੀਆਂ ਜੀ, ਪਰ ਅਸੀਂ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਕੋਈ ਕਮੀ ਦਿਖਦੀ ਹੈ ਤੁਸੀਂ ਬਾਬਾ ਜੀ ਕੋਲ ਆਓ, ਹੋਰ ਬੰਦਿਆਂ ਕੋਲ ਆਓ, ਆਪਣੇ ਵਿਚਾਰ ਦਿਓ, ਆਪਣਾ ਟਾਈਮ ਦਿਓ। ਜਿਹੜਾ ਟਾਈਮ ਅਸੀਂ ਅੱਜ ਫੇਸਬੁੱਕ ਤੇ ਲਗਾ ਰਹੇ ਹਾਂ ਨਿੰਦਾ ਕਰਨ ਚ, ਉਹ ਟਾਈਮ ਅਸੀਂ ਕਿਸੇ ਚੰਗੇ ਪਾਸੇ ਲਗਾ ਸਕਦੇ ਹਾਂ ਤਾਂ ਕਿ ਉਹਦੇ ਨਾਲ ਸੰਸਥਾ ਦਾ ਵੀ ਭਲਾ ਹੋਏ ਤੇ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕੋਈ ਸੇਧ ਮਿਲੇ ਕਿ ਹਾਂ ਆਪਾਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ ਭਾਈ ਸਾਹਿਬ। ਭਾਈ ਹਰਮੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਅਖੀਰਲੇ ਸਾਡੇ ਕੋਲ 4-5 ਮਿੰਟ ਰਹਿ ਗਏ ਨੇ ਜੀ, ਉਸ ਤੋਂ ਬਾਅਦ ਇਹ ਲਾਈਵ ਆਪਣੇ ਆਪ ਬੰਦ ਹੋ ਜਾਂਦਾ, ਸੋ ਮੈਂ ਖਿਮਾ ਚਾਹੂੰਗਾ। ਔਰ ਮੈਂ ਵਾਰੀ ਵਾਰੀ ਚਾਹੁੰਦਾ ਕਿ ਤੁਸੀਂ ਤਿੰਨੇ ਹੀ ਬਹੁਤ ਪਿਆਰੇ ਸ਼ਖਸੀਅਤ ਹੋ ਬੜੇ ਵਧੀਆ ਤਰੀਕੇ ਨਾਲ, ਔਰ ਇੱਕ ਮੈਂ ਜਿਹੜੇ ਜਿਹੜੇ ਸਵਾਲ ਪੁੱਛੇ ਜੋ ਜੋ ਸੰਗਤਾਂ ਦੇ ਆਏ ਤੁਸੀਂ ਬੜੇ ਹੀ ਵਧੀਆ ਤਰੀਕੇ ਨਾਲ ਉਹਨਾਂ ਦੇ ਜਵਾਬ ਦਿੱਤੇ ਆ, ਕੋਈ ਵੀ ਸਵਾਲ ਜਿਹੜਾ ਉਹ ਪਾਸ ਆਊਟ ਨਹੀਂ ਕੀਤਾ। ਗੁਰਸੇਵਕ ਜੀ ਜੀ, ਗੁਰਸੇਵਕ ਜੀ ਮੈਂ ਤੁਹਾਨੂੰ ਇੱਕ ਹੋਰ ਸੰਗਤ ਦੇ ਮਨ ਦਾ ਸ਼ੰਕਾ ਦੂਰ ਕਰਦਾ। ਜ਼ਰੂਰ ਕਰੋ ਜੀ, ਜ਼ਰੂਰ। ਸੰਗਤ ਚੋਂ ਕਿਸੇ ਨੇ $100 ਦੇਣੇ, ਕਿਸੇ ਨੇ $500 ਦੇਣੇ ਤੇ ਕਿਸੇ ਨੇ $1,000 ਦੇਣੇ ਜੀ, ਠੀਕ ਹੈ ਭਾਈ ਸਾਹਿਬ ਜੀ ਜੀ, ਤੇ ਉਹ ਕਹਿੰਦੇ ਨੇ ਵੀ ਤੁਸੀਂ ਸਿੱਖ ਜਗਤ ਨੂੰ ਬੜੂ ਸਾਹਿਬ ਨੇ ਲੁੱਟ ਲਿਆ। ਹੈਲੋ ਜੀ ਜੀ ਜੀ, ਨੌਜਵਾਨ ਜਿਹੜੇ ਆਪਣਾ ਜੀਵਨ ਕੁਰਬਾਨ ਕਰਤਾ, ਘਰ ਬਾਰ ਸਭ ਵੇਚ ਕੇ ਬੜੂ ਸਾਹਿਬ ਲਾਤਾ, ਕਿ ਇਹਨਾਂ ਨੂੰ ਸਮਝ ਨਹੀਂ ਸੀ ਬੜੂ ਸਾਹਿਬ ਚ ਕਮੀਆਂ ਨੇ, ਜਾਂ ਇਹਨਾਂ ਨੂੰ ਅੱਜ ਨੀ ਦਿਖਦੀਆਂ ਪਈਆਂ ਬੜੂ ਸਾਹਿਬ ਚ ਕਮੀਆਂ, ਤੇ ਅਸੀਂ ਆਪਣੇ ਘਰ ਬਾਰ ਵੇਚ ਕੇ ਨਾ ਲਾਈਏ, ਆਪਣੀ ਕਮਾਈ ਦਾ 100% ਇਨਕਮ ਜਿਹੜੀ ਹੈ ਹਰਮੀਤ ਸਿੰਘ ਦੇ ਨਾਲ ਦੇ ਜਿੰਨੇ ਨੌਜਵਾਨ ਨੇ 100% ਇਨਕਮ ਜਿਹੜੀ ਹੈ ਬੜੂ ਸਾਹਿਬ ਦੇ ਸਕੂਲ ਬਣਾਉਣ ਤੇ ਲੱਗ ਜਾਂਦੀ, ਤੇ ਆਪ ਸੰਜੀਵ ਮਾਰੇ ਕੋਲ ਗੁਜ਼ਾਰਾ ਕਰਦੇ ਖਰਚਾ ਲੈ ਕੇ। ਗੁਰਮੁਖੋ, ਇਹ ਸਿੱਖ ਜਗਤ ਨੂੰ ਸਮਝਣਾ ਹੈ ਕਿ ਕਿੱਥੇ ਕੋਈ ਐਸੀ ਸਾਜਿਸ਼ ਤੇ ਨੀ ਰਚੀ ਜਾ ਰਹੀ, ਕੋਈ ਐਸਾ ਪੰਥ ਨੀ ਵਿਚਾਰਿਆ ਜਾ ਰਿਹਾ ਜਿਹੜਾ ਸਿੱਖ ਪੰਥ ਨੂੰ ਚੜ੍ਹਦੀ ਕਲਾ ਲਿਜਾਣ ਲਈ ਸੰਸਥਾ ਦੀ ਕਿਸੇ ਤਰ੍ਹਾਂ, ਇਹ ਗੁਰਮੁਖੋ ਸੰਸਥਾ ਦੀਆਂ ਜਿਹੜੇ ਪਿੱਲਰ ਹੁੰਦੇ ਨੇ ਨਾ ਉਹ ਸੀਮਣ ਦੇ ਨੀ ਹੁੰਦੇ, ਸਰੀਏ ਦੇ ਨੀ ਹੁੰਦੇ, ਸੰਸਥਾ ਦੇ ਪਿੱਲਰ ਨੇ ਉਹ ਨੌਜਵਾਨ, ਜਿਹੜੇ ਨੌਜਵਾਨ ਇਸ ਦਿਨ ਤੁਹਾਡੀ ਆਵਾਜ਼ ਸੁਣਦੇ ਪਏ ਨੇ, ਇਹਨਾਂ ਪਿੱਲਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਜੇ ਇਹ ਪਿੱਲਰ ਟੁੱਟ ਗਏ ਸੰਸਥਾ ਡਿੱਗੀ, ਸਿੱਖੀ ਆਪੇ ਤਬਾਹ ਹੋ ਜਾਏਗੀ। ਤੇ ਗੁਰਮੁਖ ਨੇ ਸਾਰਾ ਸੁਣਨ ਵਾਲਾ ਸਿੱਖ ਜਗਤ ਵੀ ਸੁਣ ਲਏ, ਮਾਰੇ ਨੂੰ ਗੁਰੂ ਗੋਬਿੰਦ ਸਿੰਘ ਮਾੜੇ ਫਕੀਰ ਨੇ ਮੇਣਾ ਮਾਰੇ ਸੀ, ਨਾ ਡੱਲਾ ਨਾ ਮੱਲਾ ਗੁਰੂ ਰਹਿ ਕਿਆ ਕੱਲਾ, ਤੇ ਗੁਰੂ ਗੋਬਿੰਦ ਸਿੰਘ ਮਾੜੇ ਕੋਲ ਜਵਾਬ ਤਾਂ ਸੀ ਨਾ ਡੱਲਾ ਨਾ ਮੱਲਾ ਗੁਰੂ ਫਿਰ ਵੀ ਨੀ ਕੱਲਾ, ਗੁਰੂ ਨਾਲ ਹੈ ਅੱਲਾ, ਤੇ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹੀਦੀ ਫੌਜ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦੇ ਖੂਨ ਨਾਲ ਰਤਿਆ ਹੋਇਆ ਮੁਜੱਸਮਾ ਸਾਡੇ ਸਾਹਮਣੇ ਹੈ, ਸਾਡਾ ਸਭ ਕੁਝ ਵਿਕ ਜਾਏ ਫਿਰ ਸਿੱਖਿਆ ਜਾਏ ਗੁਰਮੁਖੋ, ਪਰ ਬੜੂ ਸਾਹਿਬ ਨੇ ਸੇਵਾ ਨਹੀਂ ਛੱਡਣੀ, ਤੇ ਪੰਜਾਬ ਦੀ ਧਰਤੀ ਦਾ ਬੱਚਾ ਬੱਚਾ ਬਚਾ ਕੇ ਨਸ਼ੇ ਤੋਂ ਇੱਕ ਵਾਰੀ ਬਾਹਰ ਕੱਢ ਲੈਣਾ, ਤੇ ਉਹ ਸਭ ਕੁਝ ਤਿਆਰ ਕਰਕੇ ਇਹ ਫਿਰ ਪੂਰੇ ਸਿੱਖ ਪੰਥ ਨੂੰ ਮੇਰਾ ਸੁਨੇਹਾ ਦੇ ਦੋ, ਇਹ ਬੜੂ ਸਾਹਿਬ ਦਾਸ ਦੀ ਪ੍ਰਾਪਰਟੀ ਨਹੀਂ ਆ, ਕਿਸੇ ਸੰਸਥਾ ਦੀ ਪ੍ਰਾਪਰਟੀ ਨਹੀਂ ਆ, ਬੜੂ ਸਾਹਿਬ ਸਿੱਖ ਜਗਤ ਦੀ ਜਵਾਦ ਆ, ਤੁਹਾਡੇ ਘਰ ਜਿਹੜੇ ਸ਼ਹੀਦ ਸਿੰਘ ਜਨਮ ਲੈ ਰਹੇ ਨੇ ਗੁਰਮੁਖੋ, ਉਹਨਾਂ ਸ਼ਹੀਦ ਸਿੰਘਾਂ ਨੇ ਆ ਕੇ ਇਹਨੂੰ ਸੰਭਾਲਣਾ, ਤੇ ਇੱਥੇ ਹੋਰ ਬੜਾ ਵੱਡਾ ਗੁਰਸਤਾਨ ਸਿੱਖੀ ਦਾ ਖਿਲਣਾ ਜੇ। ਭਾਈ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ, ਆਪਣਾ ਕੀਮਤੀ ਸਮਾਂ ਦਿੱਤਾ। ਭਾਈ ਜਸਬੀਰ ਸਿੰਘ ਜੀ, ਮੈਂ ਚਾਹੁੰਦਾ ਕਿ ਤੁਸੀਂ ਸਾਰੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਮੈਸੇਜ ਤਾਂ ਤੁਸੀਂ ਦੇ ਦਿੱਤਾ, ਪਰ ਫਿਰ ਵੀ ਮੈਂ ਕਹਿੰਦਾ ਸਿੱਖ ਜਗਤ ਨੂੰ ਤਾਂ ਦੇ ਦਿੱਤਾ, ਇੱਕ ਸੋਸ਼ਲ ਮੀਡੀਆ ਵਾਸਤੇ ਤੁਹਾਡਾ ਕੀ ਮੈਸੇਜ ਆ, ਜਿਹੜਾ ਸੋਸ਼ਲ ਮੀਡੀਆ ਅੱਜ ਚੱਲ ਰਿਹਾ ਹੈ ਜਿਹਦੇ ਵਿੱਚ ਬਹੁਤ ਸਾਰੇ ਤੁਸੀਂ ਜਿਹੜੀਆਂ ਗੱਲਾਂ ਸੀ, ਜਿਹੜੇ ਮੈਂ ਕਹਿ ਸਕਦਾ ਕਿ ਇੱਕ ਤਰੀਕੇ ਨਾਲ ਲੋਕ ਇਲਜ਼ਾਮ ਲਾਉਂਦੇ ਸੀ, ਉਹਨਾਂ ਦੇ ਜਵਾਬ ਦਿੱਤੇ ਨੇ, ਉਸ ਮੀਡੀਆ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ? ਨੋਟਿਸ ਭੇਜੋ ਉਹਨੂੰ, ਐਂਪਲ ਟਾਈਮ ਦਿਓ ਟੂ ਰਿਸਪੋਂਡ ਐਂਡ ਦੈਨ ਯੂ ਗੋ ਅਹੈਡ ਐਂਡ ਫਾਈਲ ਅ ਕੇਸ ਇਫ ਦੈਟ ਪਰਸਨ ਇਜ਼ ਨਾਟ ਰਿਸਪੋਂਡਿੰਗ। ਸਾਨੂੰ ਅਗਰ ਕੋਈ ਨੋਟਿਸ ਨਾ ਭੇਜੇ, ਮੇਲ ਭੇਜੇ, ਚਿੱਠੀ ਭੇਜੇ, ਅਸੀਂ ਜਵਾਬ ਨਾ ਦਈਏ ਤੇ ਫਿਰ ਅਸੀਂ ਗੁਨਾਹਗਾਰ ਆ ਗਏ। ਅਸੀਂ 1-to-1 ਹਰ ਬੰਦੇ ਨੂੰ ਸੈਟੀਸਫਾਈ ਕਰਨ ਦੀ ਕਾਬਿਲਿਅਤ ਰੱਖਦੇ ਹੈਗੇ ਆ, ਸਾਨੂੰ ਪਤਾ ਹੈ ਕਿ ਐਂਬੀਸ਼ਨ ਸੱਚਾ ਹੈਗਾ, ਨੋਬਲ ਹੈਗਾ, ਠੀਕ ਹੈ। ਕੰਮ ਕਰਨ ਦੇ ਵਿੱਚ, ਇੰਪਲੀਮੈਂਟੇਸ਼ਨ ਦੇ ਵਿੱਚ 10 ਕਿਸਮ ਦੀ ਖਾਮੀਆਂ ਹੁੰਦੀਆਂ ਨੇ, ਵਿੱਚ ਐਵਰੀਬਡੀ ਹੈਜ਼, ਬਟ ਵੀ ਹੈਵ ਦ ਇਨਕਲੀਨੇਸ਼ਨ ਟੂ ਇੰਪਰੂਵ, ਅਸੀਂ ਇੰਪਰੂਵ ਕਰਨਾ ਚਾਹੁੰਦੇ ਹਾਂ ਔਰ ਡੇ ਬਾਏ ਡੇ ਕਰ ਵੀ ਰਹੇ ਹਾਂ। ਕਿਆ ਬਾਤ ਹੈ ਭਾਈ ਸਾਹਿਬ, ਤੁਸੀਂ ਜਿਹੜੀ ਇਹ ਇੰਪਰੂਵਮੈਂਟ ਦੀ ਗੱਲ ਕੀਤੀ ਹੈ, ਮੈਂ ਇੱਥੇ ਹੀ ਇਹ ਪ੍ਰੋਗਰਾਮ ਜਿਹੜਾ ਇਹਨੂੰ ਖਤਮ ਕਰਨਾ ਚਾਹੂੰਗਾ,
ਕਿ ਇੰਪਰੂਵਮੈਂਟ ਦੀ ਜਗ੍ਹਾ ਇਨਸਾਨ ਦੀ ਜ਼ਿੰਦਗੀ 'ਚ ਹਮੇਸ਼ਾ ਆ ਔਰ ਸੰਸਥਾਵਾਂ ਵਿੱਚ ਤੇ ਹਮੇਸ਼ਾ ਹੀ ਰਹਿੰਦੀ ਆ ਕਿਉਂਕਿ ਗੁਰੂ ਸਾਹਿਬ ਤੋਂ ਬਿਨਾਂ ਕੋਈ ਵੀ ਪਰਫੈਕਟ ਨਹੀਂ ਆ ਤੇ ਅਸੀਂ ਸਾਰੇ ਇਨਸਾਨ ਆ, ਗਲਤੀਆਂ ਦੇ ਪੁਤਲੇ ਆ ਔਰ ਮੈਂ ਇਸ ਗੱਲ ਦੀ ਤੁਹਾਡੀ ਦਾਤ ਦਿੰਦਾ ਔਰ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਐਡਮਿਟ ਕੀਤਾ ਕਿ ਦੁਨੀਆ ਦਾ ਹਰ ਇੱਕ ਸ਼ਖਸ ਜਿਹੜਾ ਜਾਂ ਇਨਸਾਨ ਜਿਹੜਾ ਉਹਦੇ 'ਚ ਕਮੀਆਂ ਹੈਗੀਆਂ ਨੇ, ਪਰ ਉਹਦੇ ਨਾਲ ਦੀ ਨਾਲ ਤੁਸੀਂ ਇਹ ਜ਼ਰੂਰ ਕਿਹਾ ਕਿ ਅਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਹਮੇਸ਼ਾ ਤਿਆਰ ਬਾਰ ਤਿਆਰ ਰਹਿੰਦੇ ਹਾਂ। ਇਹ ਤੁਹਾਡਾ ਵੱਡਾਪਨ ਹੈ ਕਿ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ।